ਆਸਾ ਗगन ਨਗਰ ਇੱਕ ਬੂੰਦ ਨਾ ਵਰਖੈ 나ਦ ਕਹਾਂ ਜੋ ਸਮਨਾ ਪਰ ਬ੍ਰਹਮ ਪਰਮੇਸ਼ੁਰ ਮਾਦੋ ਪਰਮ ਹੰਸ ਲੈ ਸਿਧਾਨਾ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ ਸੁਰਤ ਮਾਹੀ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ ਸੁਰਤ ਮਾਹੀ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ਰਹਾ ਬਜਾਵਣ ਹਾਰੋ ਕਹਾਂ ਗयो ਜਿਨ ਇਹ ਮੰਦਰ ਕੀਨਾ ਸਾਖੀ ਸ਼ਬਦ ਸੁਰਤ ਨਹੀਂ ਉਪਜਾਇ ਖਿੰਚ ਤੇਜ ਸਬ ਲੀਨਾ ਸਰਵਨ ਬਕਲ ਭਈ ਸੰਗ ਤੇਰੇ ਇੰਦਰੀ ਕਾ ਬਲ ਥਕਾ ਚਰਨ ਰਹੀ ਕਰ ਢਰਕ ਪਰੇ ਹੈ ਮੁਖੋਂ ਨਾ ਨਿਕਸੈ ਬਾਤਾਂ ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੇ ਭਰਮਤੇ ਥਾਕਾ ਮਨ ਕੁੰਚਰ ਉਰ ਥਾਕਾ ਤੇਜ ਸੂਤ ਧਰ ਰਮਤੇ ਮਰਤਕ ਭੈ ਦਸੈ ਬੰਦ ਛੂਟੇ ਮਿੱਤਰ ਭਾਈ ਸਬੂ ਸ਼ਰੇ ਕਹਿਤ ਕਬੀਰਾ ਜੋ ਹਰ ਧਾਵੈ ਜੀਵਤ ਬੰਧਨ ਤੋਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਜਿਸ ਸ਼ਬਦ ਆਪਾਂ ਹੁਣੇ ਬੜੇ ਪਿਆਰ ਨਾਲ ਪਾਠ ਸਰਵਣ ਕੀਤਾ ਇਹ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਆਸਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਮ ਨੰਕ 400 80 ਦੇ ਉੱਪਰ ਸੁਭਾਇਮਾਨ ਹੈ ਇਹ ਸ਼ਬਦ ਵਿੱਚ ਭਗਤ ਕਬੀਰ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਜਦੋਂ ਮਨੁੱਖ ਦੇ ਜੀਵਨ ਦੇ ਵਿੱਚ ਗੁਰੂ ਦੀ ਸਿੱਖਿਆ ਆਉਂਦੀ ਹੈ ਗੁਰੂ ਦਾ ਉਪਦੇਸ਼ ਆਉਂਦਾ ਹੈ ਤੇ ਇਸ ਮਨੁੱਖੀ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ ਜੋ ਇਸ ਦੇ ਅੰਦਰ ਪਹਿਲਾਂ ਵਿਸ਼ੇਵਕਾਰਾਂ ਨੇ ਸ਼ੋਰ ਸ਼ਰਾਬਾ ਪਾਇਆ ਹੁੰਦਾ ਹੈ ਉਹ ਸ਼ੋਰ ਸ਼ਰਾਬਾ ਇਹਦੇ ਜੀਵਨ ਦੇ ਵਿੱਚੋਂ ਮੁੱਕ ਜਾਂਦਾ ਹੈ ਜਿਹੜੇ ਵਕਾਰ ਇਸ ਨੂੰ ਹਰ ਵਕਤ ਆਪਣੇ ਇਸ਼ਾਰਿਆਂ ਤੇ ਨਚਾਉਂਦੇ ਨੇ ਉਹ ਵਕਾਰ ਇਹਦੇ ਜੀਵਨ ਦੇ ਵਿੱਚੋਂ ਨਿਕਲ ਜਾਂਦੇ ਨੇ ਤੇ ਇਹ ਇਨਸਾਨ ਜਿੰਦੇ ਜੀ ਬੰਧਨਾ ਤੋਂ ਮੁਕਤ ਹੋ ਜਾਂਦਾ ਹੈ ਸ਼ਬਦ دار ਹਉ ਵਾਲਾ ਬੰਦ ਹੈ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ ਸੁਰਤ 마ਹੇ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ਵੈਸੇ ਜਦੋਂ ਆਪਾਂ ਇਹ ਸ਼ਬਦ ਦਾ ਪਾਠ ਕਰਦੇ ਆ ਜਾਂ ਅਸੀਂ ਜਿਨੂੰ ਆਪਣੇ ਕੰਨਾਂ ਨਾਲ ਇਹ ਸ਼ਬਦ ਨੂੰ ਸੁਣਦੇ ਆ ਤੇ ਆਮ ਇੱਕਦਮ ਐਸਾ ਭੁਲੇਖਾ ਪੈਂਦਾ ਵੀ ਸ਼ਾਇਦ ਇਹ ਕਿਸੇ ਦੁਨੀਆ ਤੋਂ ਚੜਾਈ ਕਰ ਚੁੱਕੇ ਪ੍ਰਾਣੀ ਦੇ ਨਿਮਿਤ ਸ਼ਬਦ ਹੈ ਕਿਉਂਕਿ ਹੁੰਦਾ ਵੀ ਐਸਾ ਇਹਨਾਂ ਸ਼ਬਦਾਂ ਦਾ ਕੀਰਤਨ ਜਦੋਂ ਇਨਸਾਨ ਦੀ ਡੈਥ ਹੋ ਜਾਂਦੀ ਹੈ ਉਹਦੇ ਭੋਗ ਤੇ ਬਹੁਤ ਥਾਵਾਂ ਤੇ ਤੁਸੀਂ ਕੀਰਤਨ ਹੁੰਦਾ ਵੇਖਿਆ ਵੀ ਹੋਏਗਾ ਬਹੁਤ ਥਾਵਾਂ ਤੇ ਡੈੱਡ ਬਾਡੀ ਘਰ ਵਿੱਚ ਰੱਖੀ ਲਾਗੇ ਕੀਰਤਨ ਹੋ ਰਿਆ ਹੁੰਦਾ ਤੋਂ ਇੰਜ ਲੱਗਦਾ ਇੰਜ ਭਲੇਖਾ ਪੈਂਦਾ ਵੀ ਸ਼ਾਇਦ ਇਥੇ ਇਹ ਕਿਹਾ ਜਾ ਰਿਹਾ ਵੀ ਬਾਬਾ ਬੋਲਤੇ ਤੇ ਕਹਾਂਗਾ ਵੀ ਉਹ ਜਿਹੜਾ ਕੱਲ ਬੋਲਦਾ ਸੀ ਉਹ ਕਿੱਥੇ ਚਲਾ ਗਿਆ ਜਿਹੜਾ ਹਰ ਵਕਤ ਸਾਡੇ ਘਰ 'ਚ ਸੀ ਸਾਡੇ ਕੋਲ ਸੀ ਸਾਡੇ ਇਰਤ ਗਿਰਦ ਸੀ ਵੈਸੇ ਗੁਰਬਾਣੀ ਦਾ ਕੋਈ ਵੀ ਸ਼ਬਦ ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਬਾਅਦ ਦੀ ਗੱਲ ਨਹੀਂ ਕਰਦਾ ਗੁਰਬਾਣੀ ਵਿੱਚ ਵਰਤਮਾਨ ਦੀ ਗੱਲ ਹੈ ਪ੍ਰੈਕਟੀਕਲ ਗੱਲ ਹੈ ਵੀ ਅਸੀਂ ਹੁਣ ਕੀ ਕਰਨਾ ਹੈ ਜਦੋਂ ਤੁਹਾਨੂੰ ਦੁਨੀਆ ਤੋਂ ਇਨਸਾਨ ਜਾ ਹੀ ਚੁੱਕਾ ਹੈ ਉਹਨੂੰ ਤੁਸੀਂ ਕੀ ਉਪਦੇਸ਼ ਦੇ ਲਓਗੇ ਉਪਦੇਸ਼ ਦੁਨੀਆ ਦੀ ਕੋਈ ਵੀ ਐਜੂਕੇਸ਼ਨ ਹੈ ਜੇ ਆਪਾਂ ਸੌਖੀ ਜੀ ਗੱਲ ਕਰੀਏ ਤੇ ਜਿਹੜੀ ਮੈਡੀਸਨ ਹੈ ਨਾ ਦਵਾਈ ਹੈ ਉਹ ਵੀ ਜਿਉਂਦੇ ਬੰਦੇ ਵਾਸਤੇ ਜਦੋਂ ਬੰਦਾ ਡੈੱਡ ਹੀ ਹੋ ਚੁੱਕਾ ਹੈ ਹੁਣ ਉਹਨੂੰ ਮੈਡੀਸਨ ਦੀ ਕੀ ਜ਼ਰੂਰਤ ਹੈ এডুকেশন ਵੀ ਜੂਂਦੇ ਬੰਦੇ ਵਾਸਤੇ ਜਦੋਂ ਬੰਦਾ ਡੈੱਡ ਹੋ ਚੁੱਕਾ ਹੈ ਹੁਣ ਉਹਨੇ এডুকেশন ਪੜ੍ਹਾਈ ਕੀ ਕਰਨੀ ਹੈ ਤੇ ਇਦਾਂ ਗੁਰਬਾਣੀ ਦਾ ਸ਼ਬਦ ਵੀ ਇਹ ਜੀਵਤ ਪ੍ਰਾਣੀ ਵਾਸਤੇ ਹੈ ਵੀ ਅਸੀਂ ਹੁਣ ਕੀ ਕਰਨਾ ਹੈ ਹੁਣ ਸਾਡੀ ਜ਼ਿੰਦਗੀ ਚ ਕਿਦਾਂ ਸ਼ੋਰ ਸ਼ਰਾਬਾ ਹੈ ਕਿਉਂਕਿ ਇਹ ਸ਼ਬਦ ਬਹੁਤ ਥਾਵਾਂ ਤੁਸੀਂ ਵੇਖਿਆ ਕਈ ਪ੍ਰਾਣੀ ਦੁਨੀਆ ਤੋਂ ਜਾ ਚੁੱਕੇ ਨੇ ਉਹਨਾਂ ਦੀਆਂ ਤਸਵੀਰਾਂ ਦੇ ਥੱਲੇ ਇਹ ਟੁਕਾਂ ਲਿਖੀਆਂ ਹੋਈਆਂ ਨੇ ਬਾਬਾ ਬੋਲਦੇ ਤੇ ਕਹਾਂ ਗਏ ਉਹ ਪੜਨ ਵਾਲੇ ਕਿਉਂਕਿ ਬਾਣੀ ਪ੍ਰਤੀ ਅਸੀਂ ਸੁਚੇਤ ਨਹੀਂ ਆ ਇਕਦਮ ਸਾਡੇ ਦਿਮਾਗ 'ਚ ਐਸਾ ਖਿਆਲ ਜਾਂਦਾ ਮਾਫ ਕਰਨਾ ਇਹ ਗੱਲ ਜਿਵੇਂ ਕਲੀਅਰ ਕਹਿ ਦਵਾਂ ਬਹੁਤੇ ਪੜਨ ਵਾਲਿਆਂ ਨੂੰ ਇਹਨਾਂ ਸ਼ਬਦਾਂ ਦੇ ਅਰਥ ਨਹੀਂ ਪਤਾ। ਇਹਨਾਂ ਸ਼ਬਦਾਂ ਦਾ ਅੰਤਰੀ ਭਾਵ ਕੀ ਹੈ ਕਿ ਇੱਕ ਦੁਨੀਆ ਤੋਂ ਜਾ ਚੁੱਕੇ ਪ੍ਰਾਣੀ ਨੂੰ ਮਿਤ ਹੈ ਜਾਂ ਵਰਤਮਾਨ ਦੀ ਗੱਲ ਹੁਣ ਦੀ ਗੱਲ ਹੋ ਰਹੀ ਹੈ ਜਿਉਂਦੇ ਬੰਦੇ ਦੀ ਗੱਲ ਹੋ ਰਹੀ ਹੈ। ਤਸਵੀਰਾਂ ਦੇ ਥੱਲੇ ਵੀ ਬੰਦਾ ਜਾ ਚੁੱਕਾ ਹੈ ਉਹਦੇ ਤਸਵੀਰ ਦੇ ਥੱਲੇ ਇਹ ਲੈਣਾ ਲਿਖੀਆਂ ਹੋਈਆਂ ਨੇ ਮੈਂ ਆਪ ਕਈਆਂ ਦੇ ਘਰਾਂ ਵਿੱਚ ਇਹ ਪੰਕਤੀਆਂ ਲਿਖੀਆਂ ਹੋਈਆਂ ਵੇਖੀਆਂ। ਤੁਹਾਨੂੰ ਇਹ ਸ਼ਬਦ ਨੂੰ ਆਪਾਂ ਧਿਆਨ ਨਾਲ ਸਮਝਣਾ ਹੈ ਮੈਂ ਅੰਕ ਦੱਸ ਦਿੱਤਾ ਹੈ 480 ਨੰਬਰ ਗੁਰੂ ਰਣਸਰ ਦਾ ਅੰਕ ਹੈ ਆਸਾ ਰਖਦਾ ਸ਼ਬਦ ਹੈ ਆਪ ਇੱਕ ਵਾਰ ਪੜ ਲਿਓ ویسے ਤਾਂ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਕੋਈ ਭੁਲੇਖਾ ਰਹਿਣ ਨਹੀਂ ਦਿੱਤਾ ਕਿਉਂਕਿ ਜਿਹੜੇ ਟੀਕਾਕਾਰ ਨੇ ਜਿਹੜੇ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਕਰਨ ਵਾਲੇ ਸੱਜਣ ਨੇ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਇਹਦੇ ਨਾਲ ਬਕਾਇਦਾ ਇੱਕ ਨੋਟ ਦਿੱਤਾ ਹੈ ਤੁਸੀਂ ਇਹ ਸ਼ਬਦ ਨਾਲ ਦਰਪਣ ਜਿਨ੍ਹਾਂ ਦੇ ਘਰਾਂ ਵਿੱਚ ਹੈਗੇ ਨੇ ਤੁਸੀਂ ਦਰਪਣ ਤੋਂ 480 ਨੰਬਰ ਅੰਕ ਕੱਢ ਕੇ ਉਹਦੇ ਨਾਲ ਨੋਟ ਕੱਢ ਕੇ ਪੜ੍ਹ ਕੇ ਵੇਖਿਓ ਉਹਦੇ ਨਾਲ ਨੋਟ ਦਿੱਤਾ ਬਕਾਇਦਾ ਇੱਕ ਇਹ ਸ਼ਬਦ ਦੇ ਨਾਲ ਜੋ ਸ਼ਬਦ ਸਮਾਪਤ ਹੁੰਦਾ ਹੈ ਉਹਦੇ ਨਾਲ ਅੱਗੇ ਜਿਹੜੀ ਸਾਖੀ ਟੀਕਾਕਾਰ ਅਰਥ ਕਰਨ ਵਾਲੇ ਸੁਣਾਉਂਦੇ ਨੇ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਲਿਖੇ ਕਿਉਂਕਿ ਟੀਕਾਕਾਰਾਂ ਨੇ ਇੰਜ ਪੇਸ਼ ਕੀਤਾ ਵੀ ਜਿਵੇਂ ਇਹਦੇ ਵਿੱਚ ਪਰਮ ਅੰਸ਼ ਸ਼ਬਦ ਆਇਆ ਇਹਦੇ ਪਰਮਹੰਸਿਕ ਜੋਗੀ ਦਾ ਨਾਮ ਸੀ ਤੇ ਭਗਤ ਕਬੀਰ ਜੀ ਪਰਮਹੰਸ ਜੋਗੀ ਨੂੰ ਜਦੋਂ ਮਿਲਣ ਗਏ ਉਹਦੀ ਡੈਥ ਹੋ ਚੁੱਕੀ ਸੀ ਉਸ ਵਕਤ ਭਗਤ ਕਬੀਰ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਵੀ ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੈ ਸਿਧਾਨਾ ਵੀ ਪਰਮਹੰਸ ਦੁਨੀਆ ਤੋਂ ਚਲਾ ਗਿਆ ਵੀ ਪਰਮਹੰਸ ਕਿਸੇ ਜੋਗੀ ਵਾਸਤੇ ਹੈ ਮੰਨ ਲਓ ਮੰਨ ਲਓ ਜੇ ਇਦਾਂ ਹੋਵੇ ਵੀ ਇੱਕ ਦੁਨੀਆਵੀ ਆਮ ਬੰਦਾ ਵੀ ਆਪਣੇ ਜਾ ਚੁੱਕੇ ਪ੍ਰਾਣੀ ਦੇ ప్రతి ਸਾਲ 1.5 2 ਸਾਲ ਬਾਅਦ ਹੌਲੀ ਹੌਲੀ ਆਪਣੇ ਪਰਿਵਾਰਾਂ ਚ ਉਹਨੂੰ ਭੁੱਲ ਜਾਂਦਾ ਇਹ ਗੱਲ ਸੱਚ ਹੈ ਡੈਥ ਨੌਜਵਾਨ ਦੀ ਹੋਈ ਹੋਵੇ ਨਾ 1 ਸਾਲ ਬਾਅਦ ਡੀਜੇ ਲਾ ਕੇ ਭੰਗੜੇ ਪੈ ਰਹੇ ਹੁੰਦੇ ਨੇ ਬਜ਼ੁਰਗ ਦੀ ਤੇ ਗੱਲ ਹੀ ਛੱਡ ਦਿਓ ਬਜ਼ੁਰਗ ਦੀ ਤਾਂ ਹਫਤੇ ਬਾਅਦ ਲੋਕ ਭੁੱਲ ਜਾਂਦੇ ਨੇ ਨੌਜਵਾਨਾਂ ਦੀ ਵੀ ਮੈਂ ਡੈਥ ਹੁੰਦੀ ਵੇਖੀ ਐ ਤੇ ਉਸ ਤੋਂ ਬਾਅਦ 1 ਸਾਲ ਬਾਅਦ ਉਹਨਾਂ ਦੇ ਵਿੱਚ ਕਿਸੇ ਬਾਅਦ ਵਿੱਚ ਪੁੱਤਰ ਦੀ ਜਨ ਅੰੰਦਕਾਰਜ ਹੋਵੇ ਇਦਾਂ ਨੱਚਦੇ ਨੇ ਵੇਖਣ ਵਾਲੇ ਨੂੰ ਇੰਜ ਲੱਗਦਾ ਜਿਵੇਂ ਇਹਨਾਂ ਦੇ ਘਰ ਕਦੀ ਮੌਤ ਹੋਈ ਹੀ ਨਹੀਂ ਇਨੀ ਖੁਸ਼ੀ ਕਾਦਾ ਚੜਿਆ ਇਦਾਰਤ ਜੇ ਸਾਲ ਬਾਅਦ ਆਮ ਬੰਦੇ ਦੀ ਦਿਮਾਗ ਚੋਂ ਗੱਲ ਭੁੱਲ ਗਈ ਹੈ ਤੇ ਭਗਤ ਕਬੀਰ ਜੀ ਤਾਂ ਆਪਾਂ ਤਾਂ ਕਹਿੰਦੇ ਹਾਂ ਦੀ ਸੁਰਤ ਬਹੁਤ ਉੱਚੀ ਸੀ ਉਹ ਤਾਂ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰਾ ਪਾਣੀ RAM ਕਬੀਰ ਆਏ ਕੋਈ ਨਾ ਸਕੇ ਪਰੇਸ਼ਾਨੀ ਤੇ ਉਹ ਸਾਰੀ ਜ਼ਿੰਦਗੀ ਪਰਮਹੰਸਲੇ ਸਿਧਾਨਾ ਦੀ ਗੱਲ ਹੀ ਕਰਦੇ ਰਹੇ ਵੀ ਮੇਰਾ ਮਿੱਤਰ ਪਰਮਹੰਸ ਕਿੱਥੇ ਚਲਾ ਗਿਆ ਮੈਂ ਉਹਨੂੰ ਯਾਦ ਕਰਦਾ ਹਰ ਵਕਤ ਸੋਚ ਕੇ ਵੇਖਿਓ ਤੁਸੀਂ ਕਿ ਇਹ ਸ਼ਬਦ ਇਹ ਪ੍ਰੋਫੈਸਰ ਸੈਲਵ ਸਿੰਘ ਜੀ ਨੇ ਬਕਾਇਦਾ ਨਾ ਨੂਰ ਦਿੱਤਾ ਹੈ ਇਹ ਕਿਸੇ ਜੋਗੀ ਦੇ ਪਰਥਾਏ ਉਚਾਰਨ ਕੀਤਾ ਸ਼ਬਦ ਨਹੀਂ ਹੈ ਤੇ ਨਾ ਇਹ ਕਿਸੇ ਦੁਨੀਆ ਤੋਂ ਜਾ ਚੁੱਕੇ ਪ੍ਰਾਣੀ ਦੇ ਸੰਬੰਧ ਵਿੱਚ ਸ਼ਬਦ ਉਚਾਰਨ ਕੀਤਾ ਤੁਸੀਂ ਵੇਖਿਓ ਹੁਣ ਜਦੋਂ ਆਪਾਂ ਇਹ ਸ਼ਬਦ ਦਾ ਅਰਥ ਕਰਾਂਗੇ ਇਹ ਸ਼ਬਦ ਦਾ ਜਿਹੜਾ ਮੁੱਖ ਭਾਵ ਹੈ ਜਿਉਂਦੇ ਬੰਦੇ ਨਾਲ ਸੰਬੰਧ ਰੱਖਦਾ ਹੈ ਹੁਣ ਇਥੇ ਹੈ ਬਾਬਾ हे ਭਾਈ ਬਾਬੇਦਾਰ ਤਾਂ ਹੈ ਭਾਈ ਬੋਲਤੇ ਉਹ ਜਿਹੜੇ ਤੇਰੇ ਅੰਦਰ ਬੋਲ ਬੁਲਾ ਰਹੇ ਸੀ ਜਿਹੜੇ ਤੇਰੇ ਅੰਦਰ ਵਿਸ਼ੇ ਵਕਾਰ ਬੋਲਦੇ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇਰੇ ਅੰਦਰ ਇਹਨਾਂ ਤੇਰੇ ਗਿਆਨ ਇੰਦਰੀਆਂ ਨੂੰ ਕਰਮ ਇੰਦਰੀਆਂ ਨੂੰ ਆਪਣੀ ਉਂਗਲਾਂ ਤੇ ਨਚਾਉਂਦੇ ਸੀ ਤੇ ਕਹਾ ਗਏ ਉਹ ਕਿੱਥੇ ਚਲੇ ਗਏ ਬਾਬਾ हे ਭਾਈ ਬੋਲਤੇ ਤੇ ਕਹਾ ਗਏ ਉਹ ਕਿੱਥੇ ਚਲੇ ਗਏ ਦੇਹੀ ਕੇ ਸੰਗ ਰਹਤੇ ਜਿਹੜੇ ਦੇਹੀ ਕੇ ਸੰਗ ਰਹਤੇ ਜਿਹੜੇ ਦੇਹੀ ਦੇ ਸੰਗ ਰਹਿੰਦੇ ਸੀ ਪਾਵ ਦੇਹੀ ਦੇ ਵਿੱਚ ਰਹਿੰਦੇ ਸੀ ਜਿਹੜੇ ਮਾਰਦੇ ਵੀ ਸੀ ਕੁੱਟਦੇ ਵੀ ਸੀ ਇਸ ਦੇਹੀ ਅੰਦਰ ਪੰਜ ਚੋਰ ਵਸੇ ਇਹਨਾਂ ਦੀ ਗੱਲ ਹੋ ਰਹੀ ਹੈ ਦੇਹੀ ਕੇ ਸੰਗਰੇ ਤੇ ਕਿਹੜੇ ਰਹਿੰਦੇ ਸੀ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅਮਰਤ ਲੂਟੇ ਮਨ ਮੁਖ ਨਹੀਂ 부ਝੇ ਕੋਈ ਨਾ ਸੁਣੇ ਪੁਕਾਰਾ ਦੇਹੀ ਕੇ ਸੰਗਰੇ ਤੇ ਗੱਲ ਇਹਦੀ ਹੋ ਰਹੀ ਹੈ ਕਰਹੀ ਮੈਂ ਅਮਰਤ ਭਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਜੋ ਕਸਤੂਰੀ ਮਿਰਗਣ ਜਾਣੇ ਭ੍ਰਮ ਦਾ ਭਰਮ ਭੁਲਾਇਆ ਦੇਹੀ ਕੇ ਸੰਗ ਰਹਤੇ ਅਵਰ ਪੰਚ ਹਮ ਇਕ ਜਨਾ ਕੋ ਰਾਖੂ ਕਰ ਬਾਰ ਮੰਨਾ ਮਾਰੈ ਲੂਟੈ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮੰਨਾ ਆਗੇ ਜਮਦਲ ਵਿਖਮ ਕਨਾ ਦੇਹੀ ਕੇ ਸੰਗ ਰਹਤੇ ਗੱਲ ਇਥੇ ਵਕਾਰਾਂ ਦੀ ਹੋ ਰਹੀ ਹੈ ਬਾਬਾ ਬੋਲਤੇ ਤੇ ਬਾਬਾ ਬੋਲਤੇ ਤੇ ਕਹਾਂ ਗਏ ਉਹ ਕਿੱਥੇ ਚਲੇ ਗਏ ਦੇਹੀ ਕੇ ਸੰਗ ਰਹਤੇ ਜਿਹੜੇ ਦੇਹੀ ਦੇ ਸੰਗ ਪਾਵ ਦੇਹੀ ਦੇ ਅੰਦਰ ਰਹਿੰਦੇ ਸੀ ਕਿੱਥੇ ਰਹਿੰਦੇ ਸੀ ਅਗਲੀ ਤੋਕ ਲਿਖ ਲਈ ਕਰਤਾ ਸੁਰਤ ਮਾਹੇ ਇੱਥੇ ਰਹਿੰਦੇ ਸੀ ਦੇਹੀ ਕੇ ਸੰਗ ਦਾ ਅਰਥ ਕੀ ਸੀ ਉਹ ਨਾਲ ਨਾਲ ਨਹੀਂ ਸੀ ਰਹਿੰਦੇ ਇੱਥੇ ਰਹਿੰਦੇ ਸੀ ਸੁਰਤ ਇੱਥੇ ਹੁਣ ਲਾਲਚ ਕਿੱਥੇ ਹੁੰਦਾ ਇੱਥੇ ਵਾਸ਼ਨਾਵਾ ਕਿੱਥੇ ਹੁੰਦੀਆਂ ਇੱਥੇ ਸੁਰਤ ਮਾਹੇ ਜੋ ਨਿਰਤੇ ਕਰਤੇ ਜਿਹੜੇ ਸੁਰਤ ਵਿੱਚ ਨਿਰਤ ਕਰਦੇ ਸੀ ਸੁਰਤ ਵਿੱਚ ਨੱਚਦੇ ਸੀ ਕਥਾ ਬਾਰਤਾ ਕਹਤੇ ਜਿਹੜੀ ਅੰਦਰ ਕਥਾ ਬਾਰਤਾ ਵੇਖੋ ਇੱਕ ਕਥਾ ਹੁੰਦੀ ਹੈ ਰੱਬ ਦੀ ਜਿਹਦੇ ਬਾਰੇ ਬਾਣੀ ਚਿੰਝ ਲਿਖਿਆ ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ ਇਹ ਕਥਾ ਹੁੰਦੀ ਹੈ ਰੱਬ ਦੀ ਸੱਚ ਦੀ ਬਾਣੀ ਦੀ ਵਿਚਾਰ ਦੀ ਪਰ ਕਥਾ ਵਿਸ਼ਿਆਂ ਵਕਾਰਾਂ ਦੀ ਵੀ ਹੁੰਦੀ ਹੈ ਜਿਵੇਂ ਇੱਕ ਪਾਣੀ ਬੰਦੇ ਨੂੰ ਜੀਵਨ ਦਿੰਦਾ ਇੱਕ ਪਾਣੀ ਬੰਦੇ ਦੀ ਜੀਵਨ ਮੌਤ ਦਾ ਕਾਰਨ ਵੀ ਬਣਦਾ ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਇੱਕ آگ ਹੋਉਂਦੀ ਹੈ ਜਿਹੜੀ ਤੁਹਾਡਾ ਖਾਣਾ ਪਕਾਉਂਦੀ ਹੈ ਤੈਨੂੰ ਜੀਵਤ ਰੱਖਦੀ ਹੈ ਇੱਕ آگ ਹੋਉਂਦੀ ਹੈ ਜਿਹੜੀ ਘਰੋਂ 'ਤੇ ਘਰ ਵੀ ਕਰ ਦਿੰਦੀ ਹੈ ਜਿਹੜੀ ਸਰੀਰ ਨੂੰ ਸੜ ਕੇ ਸੁਆਹ ਵੀ ਕਰ ਦਿੰਦੀ ਹੈ ਜਿਵੇਂ ਇੱਕ ਹਵਾ ਆਉਂਦੀ ਹੈ ਜਿਹਨੂੰ ਆਪ ਪੁਰਾਤੇ ਪਛੋਂ ਕਹਿੰਦੇ ਆ ਇੱਕ ਤਰਫ ਹਵਾ ਹੋਵੇ ਤੇ ਬੱਦਲ ਲੈ ਕੇ ਆਉਂਦੀ ਹੈ ਦੂਜੇ ਬੰਨੇ ਹਵਾ ਵਗੇ ਤੇ ਬੱਦਲ ਉਡਾ ਕੇ ਲੈ ਜਾਂਦੀ ਹੈ ਹੈਗੀ ਹਵਾ ਹੀ ਹੈ ਹੁੰਦੀ ਹਵਾ ਹੀ ਹੈ ਇਦਾਂ ਹੀ ਇੱਕ ਸੰਗਤ ਉਹ ਹੁੰਦੀ ਹੈ ਜਿਹੜਾ ਜੀਵਨ ਸਵਾਰਦੀ ਹੈ ਇੱਕ ਸੰਗਤ ਉਹ ਹੁੰਦੀ ਜ ਜਨੂੰ ਅਸੀਂ ਕੁਸੰਗਤ ਕਹਿੰਦੇ ਆ ਜਿਹੜੀ ਜ਼ਿੰਦਗੀ ਤਬਾਹ ਕਰਦੀ ਹੈ ਇਦਾਂ ਹੀ ਕਥਾ ਇੱਕ ਕਥਾ ਕਦੀ ਹੈ ਹੁੰਦਾ ਲਾਲਚੀ ਬੰਦਾ ਉਹਦੇ ਅੰਦਰ ਕਥਾ ਕਦੀ ਚੱਲਦੀ ਹੈ ਆਪਣੀ ਪੂਰਤੀ ਵਾਸਤੇ ਵਕਾਰੀ ਬੰਦੇ ਅੰਦਰ ਕਿਹੜੀ ਕਥਾ ਚੱਲਦੀ ਹੈ ਆਪਣੇ ਵਕਾਰ ਨੂੰ ਪੂਰਾ ਕਰਨ ਵਾਸਤੇ ਜਵਾਰੀਏ ਬੰਦੇ ਅੰਦਰ ਕਿਹੜੀ ਕਥਾ ਚੱਲਦੀ ਹੈ ਨੇਤਾ ਜਦੋਂ ਇਲੈਕਸ਼ਨਾਂ ਦੇ ਦਿਨ ਹੁੰਦੇ ਨੇ ਉਹਦੇ ਦਿਮਾਗ ਵਿੱਚ ਕਿਹੜੀ ਕਥਾ ਚੱਲਦੀ ਹੈ ਕੁਰਸੀ ਦੀ ਪੁੱਤਰ ਦਾ ਆਨੰਦ ਕਾਰਜ ਕਰਨਾ ਹੋਵੇ ਤੇ ਲੜਕੇ ਪਰਿਵਾਰ ਵਾਲਿਆਂ ਦੇ ਦਿਮਾਗ 'ਚ ਕਿਹੜੀ ਕਥਾ ਚੱਲਦੀ ਹੈ ਸਗਨ ਲਾਉਣ ਵਾਲੇ ਘਰ ਆਉਣੇ ਹੋਣ ਤੇ ਲੜਕੀ ਲੜਕੇ ਪਰਿਵਾਰ ਵਾਲਿਆਂ ਨੇ ਆਪਣੇ ਘਰ ਵਿੱਚ ਕਥਾ ਕੀਰਤਨ ਕਰਵਾ ਰਿਆ ਹੋਵੇ ਕੀ ਧਿਆਨ ਹੁੰਦਾ ਵੀ ਅੱਜ ਕਥਾ ਕਿਹੜੇ ਸ਼ਬਦ ਕੀਰਤਨ ਹੋ ਰਿਹਾ ਹੈ ਧਿਆਨ ਤੇ ਹੋ ਰਿਹਾ ਹੁੰਦਾ ਵਿਚੋਲਾ ਕਦੋਂ ਘਲੀਕੇ ਪਹੁੰਚੇਗਾ ਉਹਨਾਂ ਨੂੰ ਮੇਰਾ ਨਾਕ ਰਹਿ ਜੇ ਇਥੇ ਜੋ ਜੋ ਲਿਸਟ ਬਣਾ ਕੇ ਭੇਜੀ ਸੀ ਉਹੋ ਹੀ ਉਹ ਹੀ ਸਮਾਨ ਆਵੇ ਹੁਣ ਉਥੇ ਭਾਈ ਸਾਹਿਬ ਕਥਾ ਕਰ ਰਹੇ ਆ ਕੀਰਤਨ ਗੁਰਬਾਣੀ ਦੇ ਸ਼ਬਦ ਧੌਰਿਆ ਪਰ ਸਾਰੇ ਪਰਿਵਾਰ ਦੇ ਦਿਮਾਗ ਚ ਕਿਹੜੀ ਕਥਾ ਚੱਲ ਰਹੀ ਹੈ ਸਮਾਨ ਦੀ ਕਥਾ ਚੱਲ ਰਹੀ ਹੈ ਇਹ ਕਥਾ ਇੱਥੇ ਚੱਲ ਰਹੀ ਹੈ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ਹੁਣ ਕਮਾਲ ਦੀ ਗੱਲ ਤੁਸੀਂ ਇੱਕ ਚੀਜ਼ ਹੋਰ ਵੇਖੋ ਜਿਹੜਾ ਬੰਦੇ ਦੇ ਅੰਦਰ ਸ਼ੋਰ ਪਿਆ ਹੋਇਆ ਇੱਥੇ ਲਿਖਿਆ ਸੁਰਤ ਮਾਹੇ ਜੋ ਨਿਰਤੇ ਕਰਤੇ ਹੁਣ ਤੁਹਾਡੇ ਗਵਾਂਢੀ ਮੰਨ ਲਓ ਕਿਉਂਕਿ ਸਾਡੇ ਸਮਾਜ ਚ ਐਸਾ ਹੁੰਦਾ ਜਦੋਂ ਆਪਣੇ ਘਰ ਚ ਪੁੱਤਰ ਤੀਨ ਅਨੰਦ ਕਾਰਜ ਹੁੰਦਾ ਡੀਜੇ ਲੱਗਦੇ ਨੇ ਭੰਗੜੇ ਪੈਂਦੇ ਨੇ ਤੇ ਕਈ ਵਾਰੀ ਗਵਾਂਢੀ ਆਉਂਦੇ ਨੇ ਆਪਣੇ ਘਰ ਵੀ ਥੋੜਾ ਡੀਜੇ ਆਵਾਜ਼ ਮਦਮ ਕਰ ਲੋ ਸਾਡੇ ਘਰ ਪਰੇਸ਼ਾਨੀ ਹੋ ਰਹੀ ਹੈ ਸਾਡੇ ਬੱਚੇ ਪੜ੍ਹ ਰਹੇ ਨੇ ਸਾਡੇ ਪਾਪਾ ਜੀ ਨੂੰ ਅਸੀਂ ਮੈਡੀਸਨ ਦਤੀ ਹੈ ਉੱਠ ਗਏ ਤੇ ਪ੍ਰੋਬਲਮ ਆਏਗੀ ਸਿਹਤ ਠੀਕ ਨਹੀਂ ਕਈ ਵਾਰੀ ਕਹਿੰਦੇ ਅਗਲੇ ਵੀ ਸ਼ੋਰ ਠੰਡਾ ਕਰ ਲੋ ਤੇ ਬਹੁਤ ਵਾਰੀ ਐਸਡੀਐਮ ਵੱਲੋਂ ਐਸਐਸਪੀ ਵੱਲੋਂ ਇਹ ਆਰਡਰ ਵੀ ਜਾਰੀ ਕੀਤੇ ਜਾਂਦੇ ਨੇ ਵੀ 10 ਵਜੇ ਤੋਂ ਬਾਅਦ 9:30 ਵਜੇ ਤੋਂ ਬਾਅਦ ਕੋਈ ਪਾਰਲਾ ਸਪੀਕਰ ਨਾ ਚਲਾਵੇ ਭਾਈ ਲੋਕ ਪਰੇਸ਼ਾਨ ਨਾ ਹੋਣ ਪ੍ਰਸ਼ਾਸਨ ਵੀ ਹਰਕਤ ਵਿੱਚ ਆਉਂਦਾ ਹੈ ਕਮਾਲ ਦੀ ਗੱਲ ਤੁਸੀਂ ਵੇਖੋ ਬਾਹਰ ਦੇ ਸ਼ੋਰ ਸ਼ਰਾਬੇ ਪ੍ਰਤੀ ਅਸੀਂ ਸ਼ਿਕਾਇਤਾਂ ਲਾਉਣ ਵੀ ਤੁਰ ਪੈਨੇ ਆ ਤੇ ਕਈ ਵਾਰੀ ਬੰਦ ਹੋ ਵੀ ਜਾਂਦਾ ਪਰ ਇੱਥੇ ਸ਼ੋਰ ਸ਼ਰਾਬਾ ਪੈ ਰਿਹਾ ਇਹਦੇ ਬਾਰੇ ਤੇ ਰੌਲਾ ਵੀ ਨਹੀਂ ਪਾਇਆ ਸੀ ਕਿਸੇ ਨੂੰ ਜਿਵੇਂ ਘਰ ਚ ਚੋਰੀ ਹੋ ਜਾਏ ਤੇ ਅਸੀਂ ਰੌਲਾ ਪਾਉਨੇ ਵੀ ਚੋਰ ਚੋਰੀ ਕਰਕੇ ਲੈ ਗਿਆ ਸਾਡੇ ਘਰੋਂ 10 ਟੋਲੇ ਸੋਨਾ ਲੈ ਗਿਆ ਪੈਸੇ ਲੈ ਗਿਆ ਪਰ ਜਿਹੜਾ ਇਸ ਇਸ ਸ਼ਰੀਰ ਵਿੱਚੋਂ ਚੋਰ ਚੋਰੀ ਕਰਕੇ ਲੈ ਕੇ ਜਾ ਰਹੇ ਉਹ ਤੇ ਅਸੀਂ ਕਦੀ ਰੌਲਾ ਵੀ ਨਹੀਂ ਪਾਇਆ ਜਿਹੜਾ ਅੰਦਰੋਂ ਸਮਾਨ ਚੋਰੀ ਹੋ ਰਿਹਾ ਹੈ ਜਿਹੜਾ ਸਤ ਸੰਤੋਖ ਦਇਆ ਧਰਮ ਧੀਰਜ ਏਕ ਗ੍ਰਹਿ ਦਸ ਦਵਾਰ ਹੈ ਜਾ ਕੇ ਐਨਸ ਤਸਕਰ ਪੰਚ ਚੋਰ ਲਗਈਆ ਧਰਮ ਅਰਥ ਸਭ ਹਿਰਲੇ ਜਾਵੇਂ ਮਨ ਮੁਖੰਦੂਲੇ ਖਬਰ ਨਾ ਪਈਆ ਜਿਹੜਾ ਤੇਰੇ ਇਸ ਸਰੀਰ ਵਿੱਚੋਂ ਸੁਰਤ ਵਿੱਚੋਂ ਐਨਾ ਸਟਾਨ ਚੋਰੀ ਕਰਕੇ ਪੰਜ ਵਕਾਰ ਲੈ ਗਏ ਤੂੰ ਤੇ ਆਵਾਜ਼ ਤੱਕ ਵੀ ਨਹੀਂ ਕੱਢੀ ਕਿਸੇ ਕੋ ਜਾ ਕੇ ਦੱਸਣਾ ਤੇ ਬਹੁਤ ਦੂਰ ਦੀ ਗੱਲ ਸੀ ਹੁਣ ਇਥੇ ਸ਼ਬਦ ਵਰਤਿਆ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਦਾ ਅਰਥ ਹੈ ਜਿਹੜਾ ਸੁਰਤ ਵਿੱਚ ਨਿਰਤ ਕਰਦੇ ਸੀ ਨਾਚ ਕਰਦੇ ਸੀ ਅੰਦਰ ਸ਼ੋਰ ਸ਼ਰਾਬਾ ਸੀ ਸ਼ੋਰ ਅੰਦਰ ਹੁੰਦਾ ਇਸੇ ਨੂੰ ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਕਿ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ ਜੇ ਅੰਦਰ ਤੁਹਾਡੇ ਨਾਚ ਗਾਣਾ ਚੱਲ ਰਿਹਾ ਜੇ ਅੰਦਰ ਤੁਹਾਡੀ ਸੁਰਤ ਵਿੱਚ ਸ਼ੋਰ ਪੈ ਰਿਹਾ ਤੇ ਬਾਹਰ ਦੀ ਸਮਾਧੀ ਲਈ ਕੀ ਕਰੇਗੀ ਇਸੇ ਨੂੰ ਤੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਚ ਖੰਡਨ ਕਰਤਾ ਵੀ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ ਸੁਰਤ ਮਾਹੇ ਜੋ ਨਿਰਤੇ ਕਰਤੇ ਬਾਰ ਦੀਆਂ ਸਮਾਧੀਆਂ ਲਾਈਆਂ ਜੋਗਨਾ ਬਾਹਰ ਮੜੀ ਮਸਾਣੀ ਜੋਗਨਾ ਤਾੜੀ ਲਾਈਏ ਤਾੜੀ ਮੀਨਿੰਗ ਸਮਾਧੀ ਲਾਉਣੀ ਬਾਹਰ ਦੀਆਂ ਸਮਾਧੀਆਂ ਲਾਈਆਂ ਕੀ ਕਹਿਣਗੀਆਂ ਜੇ ਬੰਦੇ ਦੇ ਅੰਦਰ ਸੁਰਤ ਵਿੱਚ ਵਿਸ਼ਿਆ ਵਕਾਰਾਂ ਦੀ ਕਥਾ ਚੱਲ ਰਹੀ ਹੈ ਬੁਰਾਈ ਦੀ ਕਥਾ ਚੱਲ ਰਹੀ ਹੈ ਸੁਰਤ ਮਾਹੇ ਜੋ ਨਰਤੇ ਕਰਤੇ ਕਥਾ ਬਾਰਤਾ ਕਹਤੇ ਕਿਨਣਕੇ ਉਹ ਕਿੱਥੇ ਚਲੇ ਗਏ ਹੁਣ ਜਿਹੜੇ ਅੰਦਰ ਸ਼ੋਰ ਪਾ ਰਹੇ ਸੀ ਉਹ ਵਿਸ਼ੇ ਵਕਾਰ ਕਿੱਥੇ ਚਲੇ ਗਏ ਮੁਗਿਆ ਸਾਰ ਖਤਮ ਹੋ ਗਏ ਉਹਦੇ ਪਿੱਛੇ ਇੱਕ ਵਜ੍ਹਾ ਹੈ ਉਹ ਕਿੱਥੇ ਗਏ ਹੁਣ ਇਹਦਾ ਜਵਾਬ ਦਿੱਤਾ ਹੈ ਜਿਹੜੇ ਕਿੱਥੇ ਚਲੇਗਾ ਉਹਦਾ ਜਵਾਬ ਦਿੱਤਾ ਹੈ ਕਈ ਵਾਰੀ ਤੁਸੀਂ ਵੇਖਿਆ ਘਰ ਚ ਡੀਜੇ ਲੱਗਾ ਹੋਵੇ ਕੋਈ ਸਿਆਣਾ ਤਾਇਆ ਚਾਚਾ ਦਾਦਾ ਉੱਠਦਾ ਉਹ ਕਮਲ ਦੇ ਸਵੇਰੇ ਬਰਾਤ ਲੈ ਕੇ ਜਾਣਾ ਸੌਜੋ ਤੇ ਕਈ ਵਾਰੀ ਉਹਦੇ ਆਖੇ ਲੱਗ ਕੇ ਪਰਿਵਾਰ ਦੇ ਜੀ ਉਹ ਡੀਜੇ ਬੰਦ ਵੀ ਕਰ ਦਿੰਦੇ ਨੇ ਇੱਥੇ ਹੁਣ ਕਿਹਦੇ ਆਖੇ ਲੱਗਣਾ ਸੀ ਇੱਥੇ ਗੁਰਕਾ ਸ਼ਬਦ ਰਖਵਾਰੇ ਗੁਰੂ ਦੇ ਸ਼ਬਦ ਨੇ ਗੁਰੂ ਦੀ ਸਿੱਖਿਆ ਨੇ ਅੰਦਰ ਦਾ ਉਹ ਸ਼ੋਰ ਸ਼ਰਾਬਾ ਬੰਦ ਕਰ ਦਿੱਤਾ ਗੁਰ ਕਾ ਸ਼ਬਦ ਰਖvare ਚੌਕੀ ਚੌਕੀ ਜੋ ਗਿਰਦ ਹਮਾਰੇ ਜਿਵੇਂ ਥਾਣਾ ਹੁੰਦਾ ਹੈ ਤੇ ਥਾਣੇ ਤੋਂ ਬਾਅਦ ਚੌਕੀ ਹੁੰਦੀ ਹੈ ਜਿਸ ਇਲਾਕੇ ਚ ਕਰਾਇਮ ਵੱਧ ਹੋਵੇ ਨਾ ਉਥੇ ਫਿਰ ਥਾਣੇ ਤੋਂ ਬਾਅਦ ਚੌਕੀਆਂ ਬਿਠਾ ਦਿੱਤੀਆਂ ਜਾਂਦੀਆਂ ਨੇ ਉਥੇ ਰਾਤ ਨੂੰ ਗਸ਼ਤ ਕੀਤੀ ਜਾਂਦੀ ਹੈ ਵੀ ਇੱਥੇ ਕਰਾਇਮ ਹੈ ਨਸ਼ਾ ਲੋਕ ਵੇਚਦੇ ਨੇ ਲੋਕਾਂ ਨੂੰ ਆਰਾਮ ਨਾਲ ਰਹਿਣਾ ਆਜੇ ਕੋਈ ਬੰਦਾ ਪਰੇਸ਼ਾਨ ਨਾ ਕਰੇ ਇਥੇ ਚੌਕੀ ਕਾਦੀ ਹੈ ਪਹਿਰੇਦਾਰੀ ਕਾਦੀ ਹੈ ਸ਼ਬਦ ਦੀ ਗੁਰਕਾ ਸ਼ਬਦ ਰਖvare ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲੱਗਾ ਮਨ ਲੱਜੀ ਕਹਿਣ ਲੱਗੇ RAM ਨਾਮ ਮਨ ਲੱਗਾ ਤੇ ਜਮ ਲਜਾਏ ਕਰ ਭਾਗਾ ਜਿਹੜਾ ਜਮ ਸੀ ਨਾ ਜਮ ਉਹ ਲਜਾਏ ਕਰ ਭਾਗਾ ਉਹਨੂੰ ਲੱਜਾ ਆ ਗਈ ਸ਼ਰਮ ਆ ਗਈ ਕਿਉਂਕਿ ਚੌਕੀ ਜੋ ਗੁਰੂ ਦੇ ਸ਼ਬਦ ਦੀ ਚੌਕੀ ਜੋ ਲੱਗੀ ਸੀ ਗੁਰੂ ਦੀ ਸ਼ਬਦ ਦੀ ਵਿਚਾਰ ਸਾਹਮਣੇ ਇਸੇ ਨੂੰ ਆਖਿਆ ਸੀ ਕਿ ਗੁਰੂ ਦਾ ਜਦੋਂ ਸ਼ਬਦ ਆਣ ਕੇ ਅੰਦਰ ਵਸਿਆ ਤੇ ਜੀਵਨ 'ਚ ਤਬਦੀਲੀ ਆ ਗਈ। ਤੋਂ ਇਸੇ ਪਗਤ ਕਬੀਰ ਜੀ ਕਹਿੰਦੇ ਨੇ ਬਾਬਾ ਬੋਲਤੇ ਤੇ ਬਾਬਾ ਬੋਲਤੇ ਤੇ ਬੋਲਤੇ ਤੇ ਕਹਾਂ ਗਏ ਉਹਰੇ ਬੋਲਦੇ ਸੀ ਬੋਲ ਬੁਲਾ ਰਹੇ ਵਿਸ਼ੇਵਕਾਰ ਤੇ ਕਹਾਂ ਗਏ ਕਿੱਥੇ ਚਲੇ ਗਏ ਦੇਹੀ ਕੇ ਸੰਗ ਰਹਤੇ ਸੁਰਤ 마ਹੀਂ ਜੋ ਨਰਤੇ ਕਰਤੇ ਕਥਾ ਬਾਰਤਾ ਕਹਤੇ ਕਹਿੰਦੇ ਕਿ ਗगन ਨਗਰ ਇੱਕ ਬੂੰਦ ਨਾ ਵਰਖੈ ਹੁਣ ਗगन ਸਭ ਤੋਂ ਉੱਚਾ ਆਕਾਸ਼ ਐ ਗगन ਜਿਹਨੂੰ ਕਹਿੰਦੇ ਸਾਡੇ ਸਰੀਰ ਚ ਸਭ ਤੋਂ ਉੱਚਾ ਕੀ ਐ ਸਾਡਾ ਸਿਰ ਦਿਮਾਗ ਇਹਨੂੰ ਗगन ਆਖਿਆ ਬਾਣੀ ਚ ਕਹਿੰਦੇ ਗगन ਨਗਰ ਐਸ ਗगन ਨਗਰ ਵਿੱਚ ਕਿਉਂਕਿ ਨਗਰ ਦੇ ਰਾਰੇ ਨੂੰ ਸਿਆਰੀ ਐ ਗगन ਨਗਰ ਐਸ ਗगन ਰੂਪੀ ਨਗਰ ਦੇ ਵਿੱਚ ਇਸੇ ਨੂੰ ਗੁਰੂ ਰਾਮਦਾਸ ਜੀ ਆਂਦੇ ਸੀ ਕਾਮ ਕ੍ਰੋਧ ਨਗਰ ਬਹੁ ਭਰਿਆ ਇਹਦਾ ਦਿਮਾਗ ਰੂਪੀ ਗਗਨ ਨਗਰ ਬਹੁਤ ਭਰਿਆ ਸੀ ਨਾ ਮਿਲ ਸਾਧੂ ਖੰਡ ਲਖੰਡਾ ਹੈ 16 ਬਾਣੀ ਦੇ ਵਿੱਚ ਆਪਾਂ ਪੜਾ ਰਹੇ ਹਾਂ ਪਿਛੇ ਇੱਥੇ ਕਿਹਾ ਗਗਨ ਨਗਰ ਦਿਮਾਗ ਰੂਪੀ ਗਗਨ ਨਗਰ ਇੱਕ ਬੂੰਦ ਨਾ ਵਰਖੇ ਹੁਣ ਇੱਕ ਵੀ ਬੂੰਦ ਨਹੀਂ ਵਰਖਦੀ ਯਾਨੀ ਕਿ ਇੱਕ ਵੀ ਮਾੜਾ ਖਿਆਲ ਨਹੀਂ ਆ ਰਿਹਾ ਹੁਣ ਇੱਕ ਵੀ ਮਾੜੀ ਸੋਚ ਨਹੀਂ ਆ ਰਹੀ ਇੱਕ ਵੀ ਮਾੜਾ ਫੁਰਨਾ ਨਹੀਂ ਆ ਰਿਹਾ ਫੁਰਨਿਆ ਤੋਂ ਅੱਗੇ ਕੰਮ ਬਣਦਾ ਨਾ ਫੁਰਨਾ ਮੜਾ ਹੁੰਦਾ ਚੋਰ ਚੋਰੀ ਇਕਦਮ ਥੋੜਾ ਕਰਦੇ ਚੋਰੀ ਦੇ ਫੁਰਨੇ ਆਉਂਦੇ ਨੇ ਵਕਾਰ ਇੱਕ ਦਿਨ ਨਹੀਂ ਬੰਦਾ ਭੋਗਦਾ ਵਕਾਰਾਂ ਦੇ ਫੁਰਨੇ ਆਉਂਦੇ ਨੇ ਰੇਪ ਤੇ ਬੰਦੇ ਨੇ ਅੱਜ ਕੀਤਾ ਪਰ ਰੇਪ ਦੇ ਫੁਰਨੇ ਕਿੰਨੀ ਦੇਰ ਪਹਿਲਾਂ ਤੇ ਆ ਰਹੇ ਸੀ ਲੜਕੀ ਨੂੰ ਤੇ ਅੱਜ ਛੇੜਿਆ ਪਰ ਉਸ ਲੜਕੀ ਨੂੰ ਛੇੜਨ ਦੇ ਫੁਰਨੇ ਕਿੰਨੀ ਦੇਰ ਪਹਿਲਾਂ ਤੇ ਆ ਰਹੇ ਸੀ ਕਤਲ ਤੇ ਅੱਜ ਕੀਤਾ ਪਰ ਕਤਲ ਕਰਨ ਦੇ ਫੁਰਨੇ ਕਿੰਨੀ ਦੇਰ ਪਹਿਲਾਂ ਸ਼ੁਰੂ ਹੋ ਗਏ ਸੀ ਰਿਸ਼ਵਤ ਤੇ ਅੱਜ ਲਈ ਹੈ ਚੋਰੀ ਤੇ ਅੱਜ ਕੀਤੀ ਹੈ ਪਰ ਚੋਰੀ ਦੇ ਰਿਸ਼ਵਤ ਦੇ ਫੁਰਨੇ ਕਿੰਨੀ ਦੇਰ ਪਹਿਲਾਂ ਤੇ ਆ ਰਹੇ ਸੀ ਉਹ ਬੂੰਦ ਇੱਕ ਬੂੰਦ ਨਾ ਵਰਖੈ ਅੰਦਰੋਂ ਹੁਣ ਬੂੰਦ ਨਹੀਂ ਵਰਖ ਰਹੀ ਨਾਦ ਕਹਾਂ ਜੋ ਸਮਾਨਾ ਜਿਹੜਾ ਅੰਦਰ ਨਾਦ ਸੀ ਉਹ ਕਿੱਥੇ ਸਮਾ ਗਿਆ ਚਲਾ ਗਿਆ ਹੁਣ ਅੰਦਰ ਜਿਹੜਾ ਸ਼ੋਰ ਸ਼ਰਾਬਾ ਸੀ ਨਾ ਮੁਗ ਗਿਆ ਸ਼ੇਖਾ ਅੰਦਰੋਂ ਜ਼ੋਰ ਛੱਡ ਜਿਹੜਾ ਅੰਦਰ ਦਾ ਜ਼ੋਰ ਸੀ ਨਾ ਉਹ ਨਿਕਲ ਗਿਆ ਕਿਉਂਕਿ ਸ਼ਾਂਤੀ ਵਿੱਚ ਕਾਰਕਮ ਆਵਣੀ ਗगन नगर ਹੁਣ ਤੁਸੀਂ ਵੇਖੋ ਇਸ ਸ਼ਬਦ ਨੂੰ ਧਿਆਨ ਨਾਲ ਇੱਕ ਪਲਾ ਪ੍ਰਾਣੀ ਦੇ ਚੜ੍ਹਾਈ ਕਰਨ ਵਕਤ ਇਹਦਾ ਕੋਈ ਸਬੰਧ ਹੈਗਾ ਗਲ ਤੇ ਜਿਉਂਦੇ ਬੰਦੇ ਨੂੰ ਸਮਝਾਇਆ ਜਾ ਰਿਹਾ ਵੀ ਗगन नगर ਇੱਕ ਬੂੰਦ ਨਾ ਵਰਖੈ 나ਦ ਕਹਾਂ ਜੋ ਸਮਾਨਾ ਉਹ ਅੰਦਰ ਨਾਦ ਸੀ ਜਿਹੜਾ ਸੰਗੀਤ ਸੀ ਜਿਹੜਾ ਅੰਦਰ ਵਿਸ਼ਿਆਂ ਵਕਾਰਨ ਦਾ ਸ਼ੋਰ ਸ਼ਰਾਬਾ ਸੀ ਉਹ ਕਿੱਥੇ ਚਲਾ ਗਿਆ ਕਹਿੰਦੇ ਇੱਥੇ ਚਲਾ ਗਿਆ ਪਾਰ ਬ੍ਰह्म ਪਰਮੇਸ਼ਰ ਮਾਧੋ ਜਿਹੜਾ ਪਾਰ ਬ੍ਰह्म ਪਰਮੇਸ਼ਰ ਸੀ ਨਾ ਪਰਮ ਹੰਸਲੇ ਸਧਾਨਾ ਉਹ ਉਹ ਉਹਨੇ ਉਹਨੇ ਅੰਦਰੋਂ ਮੁਕਾਦ ਤਾ ਸਧਾਨਾ ਖਤਮ ਕਰ ਦਿੱਤਾ ਮੁਕਾਦ ਦਿੱਤਾ ਕਿਉਂਕਿ ਪਰਮੰਸ ਪਰਮ ਹੰਸਲੇ ਸਿਧਾਨਾ ਇੱਥੇ ਹੁਣ ਕਿਸੇ ਪਰਮ ਹੰਸ ਜੋਗੀ ਦੀ ਗੱਲ ਨਹੀਂ ਹੋ ਰਹੀ ਇੱਥੇ ਗੱਲ ਉਸ ਵੈਗੁਰੂ ਪ੍ਰਮਾਤਮਾ ਦੀ ਹੋ ਰਹੀ ਹੈ ਕਹਿੰਦੇ ਉਸ ਗੁਰੂ ਦੇ ਸਾਹਮਣੇ ਸਭ ਬੋਲ ਬਲਾਰੇ ਮੁੱਕ ਗਏ ਉਸ ਪਰਮੇਸ਼ਰ ਦੀ ਵਿਚਾਰ ਦੇ ਸਾਹਮਣੇ ਕਿਉਂਕਿ ਗੁਰ ਕਾ ਸ਼ਬਦ ਰਖਵਾਰੇ ਹੋ ਗਿਆ ਨਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਰਦ ਹਮਾਰੇ RAM ਨਾਮ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਪ੍ਰਭੂ ਜੀ ਤੁਸੀਂ ਮੇਰੇ ਸੁੱਖਾਂ ਦੇ ਦਾਤੇ ਹੋ ਬੰਦਨ ਕਾਟ ਕਰੇ ਮਨ ਨਿਰਮਲ ਪਾਰ ਬਨਮ ਪਰਮੇਸ਼ਰ ਮਾਧੋ ਪਰਮ ਹੰਸਲੇ ਸਦਾਨਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਨਾਨਕ ਪ੍ਰਭ ਅਭਿਨਾਸੀ ਤਾਂ ਕੀ ਸੇਵਨਾ ਬਿਰਤੀ ਜਾਸੀ ਅਨੰਦ ਕਰੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਪਾਰ ਬਨਮ ਪਰਮੇਸ਼ਰ ਮਾਧੋ ਪਰਮ ਹੰਸਲੇ ਸਦਾਨਾ ਫਿਰ ਅਗੇ ਕਿੰਨੇ ਇੱਥੇ ਬਸ ਨੇ ਬਜਾਵਣ ਆਰੋ ਕਹਾਂ ਗਏ ਹੋ ਜਿਨੇ ਮੰਦਰ ਕੀਨਾ ਕਹਿੰਦੇ ਹੁਣ ਉਹ ਬਜਾਵਣ ਆਰਾ ਕਿੱਥੇ ਚਲੇ ਗਿਆ ਕਿਉਂਕਿ ਮਿਹਨਤ ਤੇ ਮਨ ਸੀ ਨਾ ਮਨ ਦੇ ਬੰਨੇ ਬੰਨੇ ਸਾਰਾ ਕੁਝ ਸੀ ਮਿਹਨ ਮਨ ਹੈ ਮਨ ਮਿਹਨ ਟੱਬਰ ਦਾ ਮੁਖੀ ਸੀ ਇਸੇ ਨੂੰ ਆਕਾਸ਼ੀ ਬੁੱਢਾ ਵੰਸ ਕਬੀਰ ਦਾ ਉਪਜੋ ਪੂਤ ਕਮਾਲ ਹਰਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਰ ਮਿਹਨ ਮਨ ਸੀ ਕੇਂਦਰ ਬਿੰਦੂ ਕਹਿੰਦੇ ਬਜਾਵਣ ਆਰੋ ਕਹਾਂ ਗਏ ਉਹ ਮਨ ਕਿੱਥੇ ਚਲਾ ਗਿਆ ਹੁਣ ਜਿਹੜਾ ਇਹ ਮੋਹ ਦੀ ਢੋਲ ਕੀ ਵਜਾਉਂਦਾ ਸੀ ਬਜਾਵਣ ਹਾਰੋ ਕਹਾਂ ਗਏ ਉਹ ਜਿੰਨ ਇਹ ਮੰਦਿਰ ਕੀਨਾ ਜਿੰਨੇ ਇਹ ਮੰਦਿਰ ਕੀਤਾ ਸੀ ਜਿੰਨੇ ਇਹ ਇਹ ਸਾਰਾ ਰਚਨ ਰਚਿਆ ਸੀ ਜਿਹਦੇ ird gird ਸਾਰੇ ਇਕੱਠੇ ਹੋਏ ਸੀ ਜਿਵੇਂ ਗੁੜ ਦੇ ਬੰਨੇ ਬੰਨੇ ਮੱਖੀਆਂ ਇਕੱਠੀਆਂ ਹੁੰਦੀਆਂ ਗੁੜ ਚੱਕਦੇ ਹੋ ਮੱਖੀਆਂ ਆਪਣੇ ਆ ਖਤਮ ਹੋ ਗਈਆਂ ਮੇਨ ਮਨ ਸੀ ਨਾ ਉਹ ਮਨ ਕਿੱਥੇ ਚਲਾ ਗਿਆ ਬਜਾਵਣ ਹਾਰੋ ਕਹਾਂ ਗਏ ਜਿੰਨੇ ਮੰਦਿਰ ਕੀਨਾ ਉਹ ਦੱਸ ਚੁੱਕੇ ਆ ਕਿ ਉਹ ਬਾਬਾ ਇਹ ਸਵਾਲ ਹੈ ਸਾਰਾ ਇੱਕ ਕੁਐਸਚਨ ਨੇ ਇਹ ਜੀਵਨ ਦੀ ਤਬਦੀਲੀ ਹੈ ਬਜਾਵਣ ਹਾਰੋ ਕਹਾਂ ਗਏ ਹੋ ਜਿਨ ਇਹ ਮੰਦਰ ਕੀਨਾ ਕਹਿੰਦੇ ਸਾਖੀ ਸ਼ਬਦ ਸੁਰਤ ਨਹੀਂ ਉਪਜਾਇ ਉਹ ਜਿਹੜੀ ਬੰਦੇ ਦੇ ਦਿਮਾਗ ਚ ਸਿੱਖਿਆ ਹੁੰਦੀ ਸੀ ਵਕਾਰਾਂ ਵਾਲੀ ਜਿਹੜੇ ਅੰਦਰ ਵਿਸ਼ੇ ਵਕਾਰਾਂ ਦਾ ਬੋਲ ਬੁਲਾਰਾ ਸੀ ਕਹਿਣ ਲੱਗੇ ਖਿੰਚ ਤੇ ਸਭ ਲਈ ਨਾ ਉਹਦਾ ਤੇਜ ਪ੍ਰਤਾਪ ਹੀ ਸਾਰਾ ਖਿੱਚ ਲਿਆ ਕਿਉਂਕਿ ਜਦੋਂ ਮੈਨ ਵਿੱਚੋਂ ਮਾਨ ਹੀ ਨਿਕਲ ਗਿਆ ਮਾਨ ਹੀ ਬਦਲ ਗਿਆ ਤੇ ਬਾਕੀ ਸ਼ੋਰ ਸ਼ਰਾਬਾ ਤੇ ਆਪਣੇ ਆਪ ਹੀ ਖਤਮ ਹੋਣਾ ਸੀ ਆਪਣੇ ਆਪ ਹੀ ਮੁੱਕ ਜਾਣਾ ਸੀ ਖਿੰਝ ਤੇਜ ਸਭ ਲਈ ਨਾ ਕਹਿੰਦੇ ਸਰਵਣ ਬਿਕਲ ਭਏ ਸੰਗ ਤੇਰੀ ਹੁਣ ਸਰਵਣ ਜਿਹੜੇ ਕੰਨ ਆ ਨਾ ਇਹ ਹੁਣ ਮਾੜੀ ਗੱਲ ਸੁਣਦੇ ਨਹੀਂ ਵਿਆਕਲ ਹੋ ਗਏ ਹੁਣ ਇੰਦਰੀ ਕਾਬਲ ਥਕਾ ਇੰਦਰੀਆਂ ਦਾ ਬਲ ਥੱਕ ਗਿਆ ਹੁਣ ਕਬੀਰ ਗੁੰਗਾ ਹੁਆ ਬਾਵਰਾਜ ਹੋ ਗਿਆ ਹੁਣ ਕਬੀਰ ਗੁੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਹੁਣ ਕੰਨ ਬਹਿਰੇ ਹੋ ਗਏ ਆ ਕੰਨਾਂ ਤੋਂ ਸੁਣਦਾ ਨਹੀਂ ਪਾਪ ਕੰਨਾਂ ਤੋਂ ਨਾ ਸੁਣਨ ਦਾ ਅਰਥ ਕੀ ਹੋਣੇ ਕੰਨਾਂ ਨਾਲ ਮਾੜਾ ਨਹੀਂ ਸੁਣਦਾ ਪੈਰਾਂ ਨਾਲ ਗਲਤ ਰਸਤੇ ਦੀ ਤੁਰਦਾ ਇਸੇ ਨੂੰ ਆਖਿਆ ਸੀ ਅੱਖੀਂ ਬਾਝੋਂ ਵੇਖਣਾ ਵਣ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਵਣ ਹੱਥਾਂ ਕਰਨਾ ਹੁਣ ਅੱਖਾਂ ਤੋਂ ਬਿਗੈਰ ਵੇਖਣ ਦਾ ਪਾਪ ਸੀ ਅੱਖਾਂ ਮਾੜਾ ਨਹੀਂ ਵਿਖਦੀਆਂ ਕੰਨਾਂ ਤੋਂ ਬਿਗੈਰ ਸੁਣਦਾ ਪਾਪ ਸੀ ਕੰਨ ਹੁਣ ਮਾੜਾ ਨਹੀਂ ਸੁਣਦੇ ਜ਼ੁਬਾਨ ਤੋਂ ਬਿਗੈਰ ਬੋਲਣ ਦਾ ਪਾਪ ਸੀ ਜ਼ੁਬਾਨ ਨਾਲ ਮਾੜਾ ਨਹੀਂ ਬੋਲੀਦਾ ਤੇ ਪੈਰਾਂ ਤੋਂ ਬਿਗੈਰ ਤੁਰਦਾ ਪਾਵਸੀ ਹੁਣੇ ਪੈਰ ਗਲਤ ਰਸਤੇ ਨਹੀਂ ਤੁਰਦੇ ਅੱਖੀਂ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ ਜੀਬੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਨ ਕੇ ਤਉ ਖਸਮੇ ਮਿਲ ਸਰਵਣ ਬਿਕਲ ਭਏ ਸੰਗ ਤੇਰੀ ਜਿਹੜੇ ਕੰਨ ਸਾਡੇ ਬਾਡੀ ਨਾਲ ਲੱਗੇ ਹੋਏ ਸੀ ਕਹਿਣ ਲਿਖੇ ਹੇ ਮਾਲਕ ਜੀ ਸੰਗ ਤੇਰੇ ਤੇਰੀ ਸਿੱਖਿਆ ਦੇ ਨਾਲ ਜੁੜਨ ਕਰਕੇ ਹੁਣ ਕੰਨਾਂ ਦਾ ਉਹ ਸਤਾ ਮੁੱਕ ਗਈ ਐ ਹੁਣ ਗਲਤ ਨਹੀਂ ਸੁਣਦੇ ਕੰਨ ਹੁਣ ਜਿਹੜੇ ਗੰਧਨ ਵੈਣ ਸੁਣੇ ਉਰਝਾਵੇਂ ਜਿਹੜੇ ਗੰਦੇ ਗੀਤ ਸੁਣ ਕੇ ਗੰਦੀਆਂ ਗੱਲਾਂ ਸੁਣ ਕੇ ਖੁਸ਼ ਹੁੰਦੇ ਸੀ ਨਾ ਨਾਮ ਲੈ ਤਲਕਾਇਆ ਚੰਗੀਆਂ ਗੱਲਾਂ ਸੁਣ ਕੇ ਆਲਸ ਹੁੰਦਾ ਸੀ ਉਹ ਹੁਣ ਸਾਰਾ ਸਿਸਟਮ ਚੇਂਜ ਹੋ ਗਿਆ ਸਰਵਨਨ ਬਿਕਲ ਭਏ ਸੰਗ ਤੇਰੇ ਇੰਦਰੀਂ ਕਾ ਬਲ ਥਾਕਾ ਕਬੀਰ ਗੁੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ ਪਾਉਂ ਤੇ ਪਿੰਗਲ ਪਇਆ ਕਦੋਂ ਮਾਰਿਆ ਸਤਗੁਰ ਬਾਨ ਸਰਵਨਨ ਬਿਕਲ ਭਏ ਸੰਗ ਤੇਰੇ ਇੰਦਰੀ ਕਾ ਬਲ ਥਾਕਾ ਚਰਨ ਰਹਿ ਹੁਣ ਪੈਰ ਰੁਕੇ ਆ ਸ਼ਾਮ ਨੂੰ ਨਸ਼ੇ ਦੀ ਦੁਕਾਨ ਵੱਲ ਨਹੀਂ ਜਾਂਦੇ ਵੇਸ਼ਵਾ ਦੇ ਅੱਡੇ ਨਹੀਂ ਚੜਦੇ ਦਰਦਾਰ ਤੇ ਨਹੀਂ ਭਟਕਦੇ ਹੁਣ ਤਾਂ ਹੁਣ ਤਾਂ ਚਰਨ ਗੁਰੂ ਦੇ ਰਸਤੇ ਤੇ ਤੁਰਦੇ ਆ ਹੁਣ ਤਾਂ ਗੁਰੂ ਦੇ ਮਾਰਗ ਤੇ ਤੁਰਦੇ ਨੇ ਹੁਣ ਤਾਂ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਵਾਲੇ ਰਸਤੇ ਤੇ ਤੁਰਦੇ ਆ ਚਰਨ ਰਹਿ ਕਰ ਹੱਥ ਢਰਕ ਪਰੇ ਹਨ ਹੁਣ ਹੱਥਾਂ ਚ ਹੱਥ ਕਮਜ਼ੋਰ ਹੋ ਗਿਆ ਕਿਹੜੇ ਬੰਨੋ ਮਾੜੇ ਕਮਾਂ ਵਾਲੇ ਬੰਦੇ ਮਾੜੇ ਕਮਾਂ ਵਾਸਤੇ ਪੈਰਾਂ ਚ ਤਾਕਤ ਨਹੀਂ ਰਹੀ ਮਾਰੀਆਂ ਗੱਲਾਂ ਸੁਣਨ ਵਾਸਤੇ ਕੰਨਾਂ ਚੋਂ ਸਤਿਆਂ ਮੁੱਕ ਗਈ ਮਾੜਾ ਕੰਮ ਕਰਨ ਲੱਗਿਆ ਪੈਰ ਹੱਥ ਕਮਜ਼ੋਰ ਹੋ ਗਿਆ ਹੁਣ ਗਲਤ ਬੰਨੇ ਨਹੀਂ ਤੁਰਦੇ ਚਰਨ ਰਹੇ ਕਰ ਢਰਕ ਪਰੇ ਹਨ ਕਹਿੰਦੇ মুখੋਂ ਨਾ ਨਿਕਸੈ ਬਾਤਾਂ ਹੁਣ ਮੂੰਹ ਚੋਂ ਮਾਰੀਆਂ ਬਾਤਾਂ ਨਹੀਂ ਨਿਕਲਦੀਆਂ ਵਕਾਰਾਂ ਵਾਲੀ ਬੋਲੀ ਨਹੀਂ ਨਿਕਲਦੀ ਹੁਣ ਕਿਉਂ ਕਿਉਂਕਿ ਬਾਬਾ ਬੋਲਤੇ ਤੇ ਕਹਾਂ ਗਏ ਹੇ ਬਾਬਾ ਹੇ ਭਾਈ ਬੋਲਤੇ ਤੇ ਕਹਾਂ ਗਏ ਕਿੱਥੇ ਗਏ ਹੁਣ ਦੱਸਿਓ ਭਲਾ ਵੀ ਇਨ੍ਹਾਂ ਸ਼ਬਦਾਂ ਦਾ ਸਬੰਧ ਕੋਈ ਪ੍ਰਾਣੀ ਦੇ ਚੜਾਈ ਕਰਨ ਵਕਤ ਹੈ ਅਸੀਂ ਬੰਦੇ ਦੀ ਡੈੱਡ ਬਾਡੀ ਲਾ ਕੇ ਪ੍ਰਾਣੀ ਦੇ ਭੋਗ ਤੇ ਪੜੀ ਜਾਂਦੇ ਆਂ ਬਾਬਾ ਬੋਲਦੇ ਤੇ ਕਹਾਂਗੇ ਉਹ ਅੱਗੇ ਜਿਹੜੀ ਸੰਗਤ ਬੈਠੀ ਉਹ ਸੋਚ ਵੀ ਸ਼ਾਇਦ ਇਹ ਪਾਪਾ ਜੀ ਦੀ ਗੱਲ ਹੋਵੇ ਪਾਪਾ ਜੀ ਪਤਾ ਨਹੀਂ ਕਿੱਥੇ ਚਲੇ ਗਏ ਅਜੇ ਹਫ਼ਤਾ ਪਹਿਲਾਂ ਸਾਡੇ ਨਾਲ ਬੋਲਦੇ ਸੀ ਹੁਣ ਬੋਲਦੇ ਹੀ ਨਹੀਂ ਬੀਬੀ ਜੀ ਪਤਾ ਨਹੀਂ ਕਿੱਥੇ ਚਲੇ ਗਏ ਉਹ ਭਾਗਾ ਵਾਲਿਓ ਇਹ ਪਾਪਾ ਜੀ ਬੀਬੀ ਜੀ ਮਾਤਾ ਜੀ ਭੂਆ ਜੀ ਮਾਸੀ ਵਾਸਤੇ ਸ਼ਬਦ ਨਹੀਂ ਹੈ ਇਹ ਕੋਈ ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਬਾਅਦ ਵਾਲੇ ਸ਼ਬਦ ਨਹੀਂ ਹੈ ਇਹ ਜਿਉਂਦੇ ਬੰਦੇ ਲਈ ਹੈ ਕਿਉਂਕਿ ਅੱਗੇ ਜਾ ਕੇ ਗੱਲ ਕਲੀਅਰ ਹੋ ਜਾਣੀ ਹੈ ਜਰਨ ਰਹੇ ਕਲ ਢਰਕ ਪਰੇ ਹੈ ਮੁਖੋਂ ਨਿਕਸੇ ਬਾਤਾਂ ਥਾਕੇ ਪੰਜ ਦੂਤ ਉਹਦੇ ਪੰਜ ਦੂਤ ਸੀ ਨਾ ਜਿਹੜੇ ਪੰਜ ਵਕਾਰ ਬੰਦੇ ਨੂੰ ਆਪਣੀਆਂ ਉਂਗਲਾਂ ਤੇ ਚਾਹੁੰਦੇ ਸੀ ਉਹ ਵੀ ਹੁਣ ਅੰਦਰੋਂ ਨਿਕਲ ਗਏ ਥੱਕੇ ਪਾਂਚੇ ਥਾਕੇ ਪੰਜ ਦੂਤ ਸਭ ਤਸਕਰ ਜਿਹੜੇ ਪੰਜ ਵਕਾਰ ਇਹਨਾਂ ਗਿਆਨ ਇੰਦਰੀਆਂ ਨੂੰ ਆਪਣੀਆਂ ਉਂਗਲਾਂ ਤੇ ਚਾਹੁੰਦੇ ਸੀ ਜਿਹੜੇ ਤਸਕਰ ਚੋਰ ਸੀ ਆਪ ਆਪਣੇ ਪਰਮਤੇ ਆਪ ਆਪਣੀ ਪਰਮਤੇ ਦਾ ਅਰਥ ਕੀ ਹੈ ਆਪਣੇ ਆਪਣੀ ਭਟਕਣਾ ਤੋਂ ਆਪਣੀ ਆਪਣੀ ਜੋਬ ਤੋਂ ਪਿਛੇ हट ਗਏ ਹੁਣ ਅੱਖਾਂ ਗਲਤ ਵੇਖਦੀਆਂ ਸੀ ਉਸ ਬਨੇ ਹਟ ਗਈਆਂ ਵੈਸੇ ਨਾ ਬੜਾ ਪਿਆਰਾ ਸ਼ਬਦ ਭਗਤ ਫਰੀਦ ਜੀ ਦਾ ਸਲੋਕ ਜਨੂੰ ਪੜ੍ਹੀਏ ਨਾ ਅੱਖਾਂ ਬਾਰੇ ਬਹੁਤ ਪਿਆਰੀ ਗੱਲ ਭਗਤ ਫਰੀਦ ਜੀ ਨੇ ਕਹੀ ਹੈ ਫਰੀਦਾ ਜਿਨ ਲੋਇਣ ਜਗ 모ਇਆ ਕਹਿੰਦੇ ਜਿਨ੍ਹਾਂ ਅੱਖਾਂ ਨੇ ਜਗਤ ਨੂੰ 모ਇਆ ਹੋਇਆ ਕਿਉਂਕਿ ਅੱਖਾਂ ਹੀ 모ਂਦੀਆਂ ਨੇ ਨਾ ਤੁਸੀਂ ਵੇਖੋ ਕਿੰਨੇ ਗਾਣੇ ਕਲਾਕਾਰਾਂ ਦੇ ਅੱਖਾਂ ਤੇ ਹੀ ਆ ਤੇਰੀਆਂ ਅੱਖਾਂ ਇਦਾਂ ਦੀਆਂ ਲੱਗਦੀਆਂ ਤੇਰੀਆਂ ਅੱਖਾਂ ਇਦਾਂ ਦੀਆਂ ਲੱਗਦੀਆਂ ਬਹੁਤ ਹੋਰੀਏ ਬੰਦਾ ਬਿਨਾ ਬੋਲੇ ਆਉਂਦੀਆਂ ਅੱਖਾਂ ਤੋਂ ਅਸੀਂ ਜਜਮੈਂਟ ਕਰ ਜੰਦੇ ਇਹ ਅੱਖਾਂ ਚ ਅੰਸੂ ਖੁਸ਼ੀ ਦੇ ਆ ਇਹ ਅੱਖਾਂ ਸੋਂ ਆਏ ਹੋਏ ਅਥਰੂ ਜਿਹੜੇ ਅੰਸੂ ਆ ਇਹ ਗਮੀ ਦੇ ਆ ਅਸੀਂ ਜਜਮੈਂਟ ਕਰ ਜੰਦੇ ਇਹ ਵਿਛੋੜੇ ਦੇ ਆ ਕਿ ਮਿਲਾਪ ਦੇ ਆ ਅੱਖਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਕਿੰਨੇ ਨੇ ਫਰੀਦਾ ਜਿੰਨ ਲੋਇਣ ਜਗ 모ਹਿਆ ਜਿਨ੍ਹਾਂ ਅੱਖਾਂ ਨੇ ਜਗਤ ਨੂੰ 모ਹਿਆ ਵਾ ਜਗਤ ਨੂੰ ਖਿੱਚਿਆ ਵਾ ਸੇ ਲੋਇਣ ਮੈਂ ਡਿਟ ਮੈਂ ਉਹਨਾਂ ਅੱਖਾਂ ਨੂੰ ਬੜੇ ਧਿਆਨ ਨਾਲ ਵੇਖਿਆ ਮੈਂ ਬਹੁਤ ਨੇੜੇ ਹੋ ਕੇ ਉਹਨਾਂ ਅੱਖਾਂ ਨੂੰ ਵੇਖਿਆ ਕੱਜਲ ਰੇਖ ਨਾ ਸਹੰਦਿਆਂ ਜਿਹੜੀਆਂ ਅੱਖਾਂ ਕੱਜਲ ਦੀ ਧਾਰ ਵੀ ਨਹੀਂ ਸੀ ਸਹੰਦਿਆਂ ਇੰਨੀਆਂ ਨਾਜ਼ੁਕ ਸੀ ਅੱਖਾਂ ਬੜੀਆਂ ਨਾਜ਼ੁਕ ਹੁੰਦੀਆਂ ਤੁਸੀਂ ਵੇਖੋ ਸਭ ਤੋਂ ਸਾਡੇ ਬਾਡੀ 'ਚੋਂ ਨਾਜ਼ੁਕ ਐ ਅੱਖਾਂ ਕਹਿੰਦੇ ਮੈਂ ਇਹਨਾਂ ਅੱਖਾਂ ਨੂੰ ਇੰਨੇ ਨੇੜੇ ਹੋ ਕੇ ਵੇਖਿਆ ਵੀ ਕੱਜਲ ਦੀ ਧਾਰ ਕੱਜਲ ਰੇਖ ਨਾ ਸਹੰਦਿਆਂ ਕੱਜਲ ਦੀ ਰੇਖ ਵੀ ਨਹੀਂ ਸਹਿੰਦੀਆਂ ਕੱਜਲ ਦੀ ਧਾਰ ਵੀ ਨਹੀਂ ਸੀ ਸਹਿੰਦੀਆਂ ਸੇ ਪੰਖੀ ਸੂਏ ਬਹਿਟ ਪਰ ਅੱਜ ਵੇਖ ਲੋ ਇਹਨਾਂ ਅੱਖਾਂ ਦੇ ਵਿੱਚ ਹੀ ਵਿਸ਼ੇ ਵਕਾਰ ਆ ਲੈਣਾ ਪਾ ਕੇ ਬਿਠੇ ਜਿਹੜੀਆਂ ਅੱਖਾਂ ਕਦੀ ਕੱਜਲ ਦੀ ਧਾਰ ਨਹੀਂ ਸੀ ਸਹਿੰਦੀਆਂ ਅੱਜ ਉੱਥੇ ਕੀ ਹੋ ਰਿਹਾ ਸੇ ਪੰਖੀ ਸੂਏ ਬਹਿਟ ਪੰਖੀ ਆਪ ਤੇ ਬੈਠੇ ਬੈਠੇ ਬੱਚਿਆਂ ਦਾ ਆ ਲੈਣਾ ਵੀ ਉੱਥੇ ਪਾਇਆ ਅੱਖਾਂ 'ਚ ਕੀ ਕੁਝ ਹੈ ਜੀ ਲੋਕ ਹੁਣ ਤੁਸੀਂ ਵੇਖੋ ਇਹ ਅੱਖਾਂ ਧੀਰ ਨੂੰ ਵੇਖਦੀਆਂ ਹਨ ਕੀ ਬ੍ਰੇਨ ਨੂੰ ਮੈਸੇਜ ਆਂਦਾ ਹੈ ਭੈਣ ਆਪਣੀ ਬੇਟੀ ਆਪਣੀ ਐਦਾਂ ਜਾਂਦਾ ਨਾ ਪਰ ਜਦੋਂ ਇਹੋ ਅੱਖਾਂ ਦੂਰੋਂ ਕਿਸੇ ਔਰਤ ਨੂੰ ਵੇਖਦੀਆਂ ਇਹਦਾ ਮਤਲਬ ਆਲਨ ਇੱਥੇ ਪਿਆ ਨਾ ਅੱਖਾਂ 'ਚ ਜਦੋਂ ਕੋਈ ਚੀਜ਼ ਹੁੰਦੀ ਜਦੋਂ ਕੋਈ ਵੀ ਚੀਜ਼ ਵੇਖ ਕੇ ਅੰਦਰ ਈਰਖਾ ਹੁੰਦੀ ਹੈ ਤੇ ਵੇਖਦੀਆਂ ਤੇ ਅੱਖਾਂ ਹੀ ਨੇ ਨਾ ਅੱਖਾਂ ਵਾਲਿਆਂ ਵਾਸਤੇ ਲਿਖ ਲਿਖ ਕੇ ਲਾਇਆ ਅਗਲੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਨੇਤਰੀਨ ਵਾਲੇ ਬੰਦੇ ਵਾਸਤੇ ਤੇ ਲਾਇਆ ਹੀ ਨਹੀਂ ਅਗਲੇ ਨੇ ਆ ਜਿੰਨੇ ਨਜ਼ਰ ਵਟੂ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਟੰਗੇ ਹੋਏ ਨੇ ਇਹ ਜਿਨ੍ਹਾਂ ਦੇ ਕੋਲ ਅੱਖਾਂ ਨੇ ਉਹਨਾਂ ਵਾਸਤੇ ਅਗਲੇ ਨੇ ਟੰਗੇ ਨੇ ਪਿਸਾ ਦੀ ਕੋਠੀ ਨੂੰ ਨਜ਼ਰ ਲਾ ਜਾਣ ਕਿਤੇ ਐਦਾਂ ਵਹਿੰਦਾ ਸੀ ਉਹ ਐਦਾਂ ਵੇਖਦੀ ਸੀ ਉਹ ਨੇਤਰੀਣ ਬੰਦੇ ਬਾਰੇ ਅੱਜ ਤੱਕ ਕਿਸੇ ਨੇ ਕੋਈ ਸ਼ਬਦ ਬੋਲੇ ਬਿਓ ਨੇ ਉਹਦੀ ਨਿਗਾ ਬੜੀ ਭੈੜੀ ਹੈ ਉਹ ਕਹਿੰਦਾ ਉਹ ਤਾਂ ਦਿਸਤੇ ਨਹੀਂ ਵਿਚਾਰੇ ਨੂੰ ਵੀ ਉਹ ਭਾਗਾ ਵਾਲਿਓ ਇਹ ਅੱਖਾਂ ਬਹੁਤ ਕੁਝ ਇਸ ਹੁਣ ਜਿਹੜੇ ਅੱਖਾਂ ਬਾਰੇ ਭਗਤ ਫਰੀਦ ਜੀ ਕਹਿੰਦੇ ਨੇ ਵੀ ਇੱਕ ਕੱਜਲ ਦੀ ਧਾਰ ਨਹੀਂ ਸੀ ਸਿੰਧੀਆਂ ਵੇਖ ਲਓ ਕਮਾਲ ਦੀ ਗੱਲ ਹੋਈ ਪਈ ਐ ਸੇ ਪੰਖੀ ਸੂਏ ਬਹਿਟ ਇਥੇ ਪੰਛੀ ਆਪਣਾ ਆਲਣਾ ਪਾ ਕੇ ਬੈਠੇ ਹੋਏ ਨੇ ਸੇ ਪੰਛੀ ਸੂਏ ਸੁਏਦਾਰ ਤਾਂ ਬੱਚੇ ਆਪ ਤੇ ਬੈਠੇ ਬੈਠੇ ਆਪਣੇ ਬੱਚਿਆਂ ਦਾ ਆਲਣਾ ਵੀ ਵਿੱਚੇ ਪਾਤਾ ਉਹਨਾਂ ਨੇ ਕਿਉਂਕਿ ਇਥੇ ਇੱਕ ਵਕਾਰ ਥੋੜਾ ਕਾਮ ਵਾਸ਼ਨਾ ਵੀ ਇਥੋਂ ਜਨਮ ਲੈਂਦੀਆਂ ਨੇ ਲਾਲਚ ਜੇ ਕੋਈ ਦੀ ਕੋਈ ਚੀਜ਼ ਵੇਖਦੇ ਆ ਲਾਲਚ ਵੀ ਇਥੋਂ ਜਨਮ ਲੈਂਦਾ ਹੁਣ ਭਾਵੇਂ ਇਹਨਾਂ ਹੁਣ ਇਹ ਨਹੀਂ ਆਪਾਂ ਕਹਿੰਦੇ ਜਿੰਨਾਂ ਕੋਲ ਅੱਖਾਂ ਨਹੀਂ ਗਿਆ ਤੇ ਉਹਨਾਂ ਬੰਦੇ ਅੰਦਰ ਲਾਲਚ ਨਹੀਂ ਹੁੰਦਾ ਹੁਣ ਇਹਦਾ ਅਰਥ ਇਹ ਵੀ ਨਹੀਂ ਤੁਸੀਂ ਕਹਿ ਸਕਦੇ ਹਰ ਇੱਕ ਪ੍ਰਤੀਕ ਦਿੱਤਾ ਕਿੰਨਾ ਪਿਆਰਾ ਵੀ ਇਹ ਅੱਖਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਬਹੁਤ ਕੁਝ ਬਿਆਨ ਕਰਦੀਆਂ ਨੇ ਹੁਣ ਇਹ ਦਾ ਅਰਥ ਇਹ ਨਹੀਂ ਵੀ ਜਿਨ੍ਹਾਂ ਕੋਲ ਕਿਉਂਕਿ ਇਹ ਅੱਖਾਂ ਨਹੀਂ ਆਪਾਂ ਕਹਾਂਗੇ ਉਹਨਾਂ ਅੰਦਰ ਲਾਲਚ ਨਹੀਂਗਾ ਜਿਨ੍ਹਾਂ ਅੰਦਰ ਵਿਸ਼ੇ ਵਕਾਰ ਨਹੀਂਗੇ ਇੱਕ ਪ੍ਰਤੀਕ ਕਿੰਨਾ ਪਿਆਰਾ ਦਿੱਤਾ ਹੈ ਵੀ ਇਹਨਾਂ ਅੱਖਾਂ ਵਿੱਚ ਬਹੁਤ ਕੁਝ ਹੈ ਬਹੁਤ ਕੁਝ ਹੈ ਤਾਂ ਇੱਥੇ ਸ਼ਬਦ ਕਿੰਨਾ ਪਿਆਰਾ ਵਰਤਿਆ ਕਹਿਣ ਲੱਗੇ ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੇ ਭਰਮ ਤੇ ਆਪਣੇ ਆਪਣੇ ਕੰਮਾਂ ਤੋਂ ਪਿਛੇ हट ਗਏ ਬਹਿ ਗੋਏ ਭਰਮ ਤੇ ਦਾਰਤ ਕੀ ਆਪਣੀ ਆਪਣੀ ਭਟਕਣਾ ਤੋਂ ਪਿਛੇ हट ਗਏ ਅੱਖਾਂ ਪ੍ਰਾਯ ਰੂਪ ਤੱਕਦੀਆਂ ਸੀ ਉਹ ਤੋਂ ਪਿਛੇ हट ਗਈਆਂ ਆਲਣ ਚਕਾਤਾ ਵਿੱਚੋਂ ਹੱਥ ਚੋਰੀ ਕਰਦੇ ਸੀ ਹੱਥ ਉਹਨਾਂ ਕੰਮਾਂ ਤੋਂ ਪਿਛੇ हट ਗਏ ਤਾਂ ਹੀ 발 ਥੱਕਾ ਨਾ ਪੈਰ ਗਲਤ ਰਸਤੇ ਤੁਰਦੇ ਸੀ ਉਹ ਤੋਂ ਬਹਿ ਗੋਏ ਕੰਨ ਗਲਤ ਸੁਣਦੇ ਸੀ ਉਹ ਤੋਂ ਪਛਾਹ ਹੋ ਗਏ ਉਹ ਇਸੇ ਸ਼ਬਦ ਵਰਤੇ ਆਪ ਆਪਣੇ ਭਰਮ ਤੇ ਕਹਿੰਦੇ ਥਾਕਾ ਮਨ ਕੁੰਚਰ ਮਨ ਨੂੰ ਹਾਥੀ ਆਖਿਆ ਮਨ ਹਾਥੀ ਥੱਕ ਗਿਆ ਹੁਣ ਔਰ ਥਾਕਾ ਹਿਰਦਾ ਥੱਕ ਗਿਆ ਕਿਹੜੇ ਕੰਮਾਂ ਤੋਂ ਮਾੜਿਆ ਕੰਮਾਂ ਤੋਂ ਥੱਕਿਆ ਚੰਗਿਆ ਕੰਮਾਂ ਵਾਸਤੇ ਨਹੀਂ ਮਾੜਿਆ ਕੰਮਾਂ ਲਈ ਥਾਕਾ ਮਨ ਕੁੰਚਰ ਔਰ ਥਾਕਾ ਤੇਜ ਸੂਤ ਧਰ ਰਮਤੇ ਤੇਜ ਸੁ ਸਮਝਦੇ ਹੋ ਜਿਵੇਂ ਇੱਕ ਧਾਗਾ ਹੁੰਦਾ ਹੈ ਉਹਦੇ ਬਨੇ ਬਨੇ ਮਣਕੇ ਪਰੋਏ ਹੁੰਦੇ ਉਹਦੇ ਵਿੱਚ ਮਣਕੇ ਪਰੋਏ ਹੁੰਦੇ ਨੇ ਤੁਸੀਂ ਧਾਗਾ ਖਿੱਚਦੇ ਹੋ ਮਣਕੇ ਆਪਣੇ ਆਪ ਹੀ ਖਿਲਰ ਜਾਂਦੇ ਨੇ ਕਿ ਜਦੋਂ ਮੇਲ ਮਨ ਜਿਹੜਾ ਸੀ ਜਦੋਂ ਵਿਸ਼ਿਆਂ ਵਕਾਰਾਂ ਵਾਲਾ ਮਨ ਹੀ ਨਹੀਂ ਰਿਹਾ ਤੇ ਜਿਹਦੇ ਬਲ ਬੂਤੇ ਤੇ ਮਨ ਦੇ ਬਲ ਬੂਤੇ ਤੇ ਸਾਰਾ ਟੱਬਰ ਵਸਿਆ ਪਿਆ ਸੀ ਫਿਰਨੇ ਕਿੱਥੋਂ ਰਹਿਣਾ ਸੀ ਜਦੋਂ ਆਪਾਂ ਇਦਾਂ ਕਹਿੰਦੇ ਵੀ ਮੱਧ ਮਰ ਜੇ ਜੂਆਂ ਤੇ ਮਰਨਾ ਹੀ ਸੀ ਮੁੜ ਕੇ ਜਦੋਂ ਮੇਲ ਮਨ ਹੀ ਬਦਲ ਗਿਆ ਜਦੋਂ ਮਨ ਹੀ ਚੇਂਜ ਹੋ ਗਿਆ ਤੇ ਫਿਰ ਜਿਹੜਾ ਬਾਕੀ ਮੰਨ ਦੇ ਇਰਦ ਗਿਰਦ ਸੀ ਉਹਦਾ ਤੇ ਆਪਣੇ ਆਪ ਹੀ ਤਬਦੀਲੀ ਹੋਣੀ ਹੋਣੀ ਸੀ ਖਤਮ ਹੋ ਗਿਆ ਇਸੇ ਨੂੰ ਆਖਿਆ ਸੀ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ ਇਸੇ ਨੂੰ ਕਹਤਾ ਤੇਜਸੂ ਧਰਮ ਤੇ ਕਹਿੰਦੇ ਮਰਤਕ ਪਏ ਡੈਡ ਹੋ ਗਏ ਦਸਾਂ ਬੰਦ ਛੂਟੇ ਦਸ ਦੇ ਦਾ ਸੀ ਦਸ ਦੇ ਦਾ ਸੀ ਕਹਿੰਦੇ ਮਰਤਕ ਪਏ ਦਸਾਂ ਬੰਦ ਛੂਟੇ ਮਿੱਤਰ ਭਾਈ ਸਭ ਸ਼ੋਰੇ ਜਿਹੜੇ ਵੀ ਮਿੱਤਰ ਭਾਈ ਸੀ ਸਭ ਸ਼ਰਦ ਤੇ ਜਿੰਨਾਂ ਨਾਲ ਸਾਂਝ ਪਾ ਕੇ ਬੈਠਾ ਸੀ ਡੈੱਡ ਹੋ ਗਿਆ ਭਾਵ ਜਿਹੜੇ ਅੰਦਰ ਇਸ ਗਿਆਨ ਅੰਦਰੇ ਕਰਮ ਇੰਦਰੀਆਂ ਨੂੰ ਆਪਣੀਆਂ ਉਂਗਲਾਂ ਤੇ ਨਚਾਉਂਦੇ ਸੀ ਨਾ ਬੁਰਿਆਂ ਕੰਮਾਂ ਵੱਲੋਂ ਮਰ ਗਿਆ ਜਿਵੇਂ ਆਪਾਂ ਸ਼ਬਦ ਬਾਣੀ ਚ ਪੜ੍ਹਦੇ ਆਂ ਵੀ ਸੰਜੋਗ ਵਿਜੋਗ ਇੱਕ ਬੰਨੇ ਸੰਜੋਗ ਹੁੰਦਾ ਦੂਜੇ ਬੰਨੇ ਵਿਜੋਗ ਹੁੰਦਾ ਹੈ ਇੱਕ ਬੰਨੇ ਟੁੱਟਦੀ ਹੈ ਦੂਜੇ ਬੰਨੇ ਜੁੜਦੀ ਹੈ ਹੁਣ ਆਪਾਂ ਕਹਿੰਦੇ ਵੀ ਇੱਕ ਸੰਜੋਗ ਵਿਜੋਗ ਤੋਂ ਇਹ ਕਾਰ ਚਲਾਵੇਂ ਹੁਣ ਇੱਕ ਬੰਦਾ ਨਸ਼ਾ ਕਰਦਾ ਹੈ ਘਰ ਵਾਲੇ ਬੰਨੇ ਵਿਜੋਗ ਹੈ ਨਸ਼ੇ ਵਾਲੇ ਬੰਨੇ ਸੰਜੋਗ ਹੈ ਉਧਰ ਉਹਦਾ ਨਸ਼ਾ ਵਿਕਦਾ ਜਦ ਦਿਨ ਉਹਨੇ ਛੱਡਣੀ ਹੈ ਉਧਰ ਵਿਜੋਗ ਹੋਣਾ ਹੈ ਇੱਧਰ ਸੰਜੋਗ ਹੋਣਾ ਹੈ ਇੱਕ ਬੰਨੇ ਸੰਜੋਗ ਵਿਜੋਗ ਦੋੇ ਕਾਰ ਚਲਾਵੇਂ ਇੱਕ ਹਨੇਰਾ ਜਾਂਦਾ ਤੇ ਰੋਸ਼ਨੀ ਆ ਜਾਂਦੀ ਰੋਸ਼ਨੀ ਜਾਂਦੀ ਹੈ ਤੇ ਹਨੇਰਾ ਜਾਂਦਾ ਸੰਜੋਗ ਵਿਜੋਗ ਦੋੇ ਕਾਰ ਚਲਾਵੇਂ ਇਹ ਦੋਵੇਂ ਚੀਜ਼ਾਂ ਨੇ ਤੰਦਰੁਸਤੀ ਜਾਂਦੀ ਹੈ ਤੇ ਬਿਮਾਰੀ ਆ ਜਾਂਦੀ ਹੈ ਬਿਮਾਰੀਆਂ ਆਉਂਦੀ ਹੈ ਤੇ ਤੰਦਰੁਸਤੀ ਚਲੀ ਜਾਂਦੀ ਹੈ ਸੰਯੋਗ ਵਿਜੋਗ ਕਿਸੇ 에어ਪੋਰਟ ਤੇ ਵੇਖੋ 에어ਪੋਰਟ ਤੇ ਸੰਯੋਗ ਵੀ ਹੋ ਰਿਹਾ ਵਿਜੋਗ ਵੀ ਹੋ ਰਿਹਾ ਕਿਸੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਲੋਕ ਆ ਵੀ ਰਹੇ ਨੇ ਕੋਈ ਚੜਾਉਣਾ ਆ ਰਿਹਾ ਕੋ ਲੈਣ ਆ ਰਿਹਾ ਕਿਸੇ ਦੇ ਚਿਹਰੇ ਤੇ ਮੁਸਕਰਾਟ ਹੈ ਜਿਹੜਾ ਲੈਣ ਆ ਰਿਹਾ ਜਿਹੜਾ ਚੜਾਉਣਾ ਆ ਰਿਹਾ ਉਹ ਉਦਾਸ ਹੋ ਕੇ ਜਾ ਰਿਹਾ ਇਦਾਂ ਇਹ ਸੰਸਾਰ ਹੈ ਇਥੇ ਸ਼ਬਦ ਵਰਤੇ ਆ ਕਹਿੰਦੇ ਇਹ 10 ਦੇ 10 ਸੀ ਕਹਿੰਦੇ ਹੁਣ ਉਧਰੋਂ ਟੁੱਟ ਗਏ ਨੇ ਮਿੱਤਰ ਭਾਈ ਸਭ ਸ਼ੋਰੇ ਕਹਿੰਦੇ ਕਹਿਤ ਕਬੀਰਾ ਜੋ ਹਰ ਧਿਆਵੈ ਭਗਤ ਕਬੀਰ ਜੀ ਕਹਿੰਦੇ ਜਿਹੜਾ ਹਰ ਨੂੰ ਧਿਆਉਂਦਾ ਹੈ ਸੱਚ ਨਾਲ ਜੁੜਦਾ ਹੈ ਜੀਵਤ ਬੰਧਨ ਤੋੜੇ ਉਹ ਜਿਉਂਦੇ ਜੀ ਬੰਧਨਾਂ ਨੂੰ ਤੋੜ ਲੈਂਦਾ ਹੈ ਕਿਹੜੇ ਬੰਧਨ ਮਾਨ ਮੋਹ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ ਕਹੋ ਨਾਨਕ ਇਹ ਵਿਦ ਕੋ ਪ੍ਰਾਣੀ ਜੀਵਨ ਮੁਕਤ ਕਹਾਵੇ ਮਾਨ ਮੋਹ ਦੋਨੋਂ ਕੋ ਪਰ ਹਰ ਕਹਿਤ ਕਬੀਰਾ ਜੋ ਹਰ ਧਿਆਵੇ ਭਗਤ ਕਬੀਰ ਜੀ ਕਹਿੰਦੇ ਜੋ ਹਰ ਨੂੰ ਧਿਆਉਂਦਾ ਹੈ ਜੋ ਰੱਬੀ ਗੁਣਾ ਮੁਤਾਬਕ ਜ਼ਿੰਦਗੀ ਜਿਉਂਦਾ ਹੈ ਜੀਵਤ ਬੰਧਨ ਹੁਣ ਇੱਥੇ ਜੀਵਤ ਆ ਗਿਆ ਨਾ ਹੁਣ ਹੁਣ ਇੱਥੇ ਇਹ ਤਾਂ ਨਹੀਂ ਕਿਹਾ ਵੀ ਮਰਨ ਤੋਂ ਬਾਅਦ ਇੱਥੇ ਆ ਗਿਆ ਜੀਵਤ ਬੰਧਨ ਤੋਰੇ ਹੁਣ ਸ਼ਬਦ ਦੇ ਵਿੱਚੇ ਸਾਰਾ ਕੁਝ ਲਿਖਿਆ ਹੋਇਆ ਹੈ ਇਹ ਨਹੀਂ ਵੀ ਮੈਂ ਕੋਲੋਂ ਕਹਿ ਰਿਹਾ 480 ਨੰਬਰ ਅੰਕ ਤੇ ਸ਼ਬਦ ਹੈ ਖੀਲੀ ਤੁਕ ਤੇ ਜੀਵਤ ਬੰਧਨ ਤੋਰੇ ਜਿਉਂਦੇ ਜੀ ਇਹਨਾਂ ਬੰਧਨਾਂ ਨੂੰ ਉਹ ਤੋੜ ਦਿੰਦਾ ਹੈ ਤੇ ਫਿਰ ਪ੍ਰਾਣਿਕ ਦੀ ਚੜ੍ਹਾਈ ਕਰਨ ਤੋਂ ਬਾਅਦ ਵਾਲਾ ਸ਼ਬਦ ਕਿੱਦਾਂ ਹੋਇਆ ਸਾਧ ਸੰਗਤ ਜੀ ਇਹ ਉਹਨਾਂ ਰਾਗੀ ਵੀਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਪੜੋ ਜਰੂਰ ਅਗਲੇ ਦੇ ਘਰ ਜਾ ਕੇ ਪੜੋ ਮੈਨੇ ਕਿਦਾਂ ਨਾ ਪੜੋ ਇਹ ਸ਼ਬਦ ਤਾਂ ਤੁਸੀਂ ਕਿਸੇ ਦੀ ਬਰਾਤ ਆਈ ਹੋਵੇ ਬਰਾਤ ਵੇਲੇ ਪੜ ਦਿਓ ਵਿਆਖਿਆ ਕਰਕੇ ਪੜ ਦਿਓ ਕੋਈ ਇਤਰਾਜ਼ ਨਹੀਂ ਹੋਵੇਗਾ ਪਰ ਜੇ ਤੁਸੀਂ ਉਹਦੇ ਅਰਥ ਨਹੀਂ ਕਰੋਗੇ ਫਿਰ ਅਗਲੇ ਕਹਣਾ ਲੈ ਇਹ ਤੇ ਮਰਨ ਵਾਲਾ ਸ਼ਬਦ ਪੜਤਾ ਸਾਡੇ ਘਰ ਇਹਨਾਂ ਨੇ ਉੱਥੇ ਤੇ ਅਗਲੇ ਨੂੰ ਪੜਾਓ ਉੱਥੇ ਸ਼ਬਦ ਕਿਹੜਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਾਧਗੁਰ ਨਜ਼ਰ ਕਰੇ ਨਿਮਕੇ ਇੱਕ ਹਰਨਾਮ ਦੇ ਰਮ ਮੇਰਾ ਮਨ ਤਨ ਸੀਤਲ ਹੋਏ ਉਹਨਾਂ ਨੂੰ ਤੇ ਉਹ ਚੰਗਾ ਲੱਗਦਾ ਵੀ ਜਿਹੜਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਇਹ ਵੀ ਪੜਿਆ ਜਾ ਸਕਦਾ ਕਿਉਂ ਜਦੋਂ ਤੁਸੀਂ ਤੇ ਅਰਥ ਕਰੋਗੇ ਉਹਨਾਂ ਗਣਾ ਤੇ ਕਮਾਲ ਹੋਗੇ ਵੇ ਇਹ ਤੇ ਸਸਤੇ ਵੀ ਠੁਕਦਾ ਹੈ ਸੌਰੇ ਤੇ ਵੀ ਠੁਕਦਾ ਹੈ ਲਾੜੇ ਤੇ ਵੀ ਠੁਕਦਾ ਹੈ ਵੀ ਇਹਨਾਂ ਦਾਜ ਮੰਗੇ ਹੀ ਨਹੀਂ ਸਾਡੇ ਕੋਲੋਂ ਇਹ ਤੇ ਜੀਵਤ ਬੰਧਨ ਤੋੜੇ ਹੋ ਗਿਆ ਪਰ ਪੜਾਂਗੇ ਤੇ ਤਾਂ ਜੇ ਸਾਨੂੰ ਸ਼ਬਦਾਂ ਦੇ ਅਰਥ ਬੋਲੋ ਸਾਧ ਸੰਗਤ ਜੀ ਆਉਂਦੇ ਹੋਣਗੇ ਅਗਲੇ ਨੂੰ ਪਤਾ ਵੀ ਨਾ ਇੱਥੇ ਪੜਨ ਵਾਲੇ ਨੂੰ ਆਉਂਦੇ ਤੇ ਨਾ ਅਗੇ ਜਿਹੜੇ ਜਿਨ੍ਹਾਂ ਨੇ ਕੀਰਤਨ ਕਥਾ ਵਾਸਤੇ ਸਦੇ ਉਹਨਾਂ ਨੂੰ ਕੁਝ ਪਤਾ ਹੈ ਬਾਕੀ ਕਮਾਂ ਵਾਸਤੇ ਅਸੀਂ ਹਿਯਾਰ ਵਾਂ ਗੁਰਦੁਆਰਿਆਂ ਤੇ ਲੱਖਾਂ ਰੁਪਇਆ ਲਾਤਾ ਹੈ ਅਸੀਂ ਬਾਣੀ ਦੇ ਅਰਥ ਭਾਵ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜਿਉਂਦੇ ਜੀ ਇਥੇ ਸ਼ਬਦ ਕਹਤਾ ਕਹਿਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੋਰੇ ਰਹਾਉ ਦਾ ਬੰਦ ਫੇ ਪੜ ਲਓ ਬਾਬਾ ਬੋਲਤੇ ਤੇ ਕਹਾਂ ਗਏ ਉਹ ਜਿਹੜੇ ਅੰਦਰ ਬੋਲ ਬੁਲਾ ਰਹੇ ਸੀ ਸ਼ੋਰ ਸ਼ਰਾਬਾ ਪਾਉਣ ਵਾਲੇ ਸੀ ਕਹਾਂ ਗਏ ਕਿੱਥੇ ਚਲੇ ਗਏ ਦੇਹੀ ਕੇ ਸੰਗ ਰਹਤੇ ਜਿਹੜੇ ਦੇਹੀ ਦੇ ਸੰਗ ਰਹਿੰਦੇ ਸੀ ਕਿੱਥੇ ਰਹਿੰਦੇ ਸੀ ਸੁਰਤ ਮਾਹੇ ਜੋ ਨਰ ਤੇ ਕਰਤੇ ਕਥਾ ਬਾਰਤਾ ਕਹਤੇ ਜਿਹੜੇ ਸੁਰਤ ਵਿੱਚ ਨਿਰਤ ਕਰਦੇ ਸੀ ਜਿਹੜੇ ਅੰਦਰ ਬੋਰ ਬਲਾਰਾ ਜਿਹੜੀ ਆਪਣੀ ਹੁਣ ਅੰਦਰ ਦੀ ਕਥਾ ਮੁਕੂ ਤੇ ਕੋਈ ਰੱਬ ਦੀ ਕਥਾ ਸੁਣੂ ਆਪਾਂ ਕਹਿੰਦੇ ਕਨੇ ਬੰਦਿਆ ਕਥਾ ਸੁਣ ਅੰਦਰ ਕਥਾ ਹੋ ਰਹੀ ਭਾਈ ਸਾਹਿਬ ਜੀ ਅੰਦਰ ਕਥਾ ਹੋ ਰਹੀ ਹੈ ਸੁਣ ਲੋ ਅੰਦਰ ਕੀਰਤਨ ਹੋ ਰਿਹਾ ਸੁਣ ਲੋ ਉਹ ਹਾਸ ਤੇ ਪੈਂਦੀ ਹੈ ਕਿਉਂ ਢੀਠਾ ਵਾਂਗ ਤੁਰਤੇ ਪੈਂਦੇ ਪਰ ਮਨ ਚ ਸੋਚਦੇ ਆ ਸਾਡੀ ਕਥਾ ਮੁਕੂ ਆਪਾਂ ਕਹਿੰਦੇ ਸੋਚਦੇ ਗੁਰਦੁਆਰੇ ਇੱਕੋ ਹੀ ਕਥਾ ਹੋ ਰਹੀ ਨਾ 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 ਗੁਰਦੁਆਰੇ ਕਈ ਕਿਸਮ ਦੀ ਕਥਾ ਹੁੰਦੀ ਆ ਅੰਦਰ ਭਾਈ ਸਾਹਿਬ ਕਥਾ ਕਰ ਰਿਹਾ ਬਾਹਰ ਬੰਦੇ ਬੈਠੇ ਸਰਕਾਰਾਂ ਬਣਾ ਰਹੇ ਹੁੰਦੇ ਕਈ ਵੇ ਅਕਾਲੀਆਂ ਵਾਲੇ ਅਕਾਲੀਆਂ ਦੇ ਅੱਖ ਚ ਬੋਲਦੇ ਕਾਂਗਰਸੀ ਕਾਂਗਰਸੀ ਦੇ ਅੱਖ ਚ ਬੋਲਦੇ ਆ ਉਹ ਇਦਾਂ ਬੋਲ ਨਹੀਂ ਐਰ ਕੀ ਪੱਕੀ ਗੱਲ ਕੈਪਟਨ ਨੇ ਆ ਜਗ ਨਹੀਂ 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 ਐਰ ਕੀ ਬਾਦਲ ਨੇ ਹੋਣਾ ਹੀ ਤੇ ਜਗਦਾ ਨਹੀਂ ਨਹੀਂ ਐਰ ਕੀ ਲੱਗਦਾ ਝਾੜੂ ਫਿਰ ਜਾਣਾ ਤੀਜਾ ਧੜਾ ਵੀ ਉੱਥੇ ਹੁੰਦਾ ਉਹ ਕਥਾ ਆਪਣੀ ਕਰ ਰਹੇ ਹੁੰਦੇ ਨੇ ਗੁਰਦਾਰੇ ਦੇ ਵਿੱਚ ਬਹਿ ਕੇ ਅੰਦਰ ਗੁਰਬਾਣੀ ਦੀ ਵਿਚਾਰ ਚੱਲ ਰਹੀ ਛੱਤੀ ਜੀ ਕਥਾ ਬੀਬੀਆਂ ਦੀ ਹੋ ਰਹੀ ਹੁੰਦੀ ਆ ਭੈਣੇ ਸੂਟ ਕਿੱਥੋਂ ਲਿਆਂਦਾ ਅੱਛਾ ਫਲਾਨੀ ਬੁਟੀਕ ਕੋ ਕਰ ਆ ਕੇ ਖਾ ਤੂੰ ਬਹੁਤ ਵਧੀਆ ਹੀ ਉਹਨਾਂ ਦੀ ਕਥਾ ਆਪਣੇ ਸੂਟਾਂ ਤੋਂ ਗੰਨ ਜਾਂਦੀ ਅੱਛਾ ਇੱਕ ਕਥਾ ਤੀਜੀ ਚੱਲ ਰਹੀ ਹੁੰਦੀ ਹੈ ਵੱਡੀ ਨੋ ਦਾ ਕੀ ਹਾਲ ਹੈ ਪੁੱਛ ਕੁਝ ਨਾ ਪੈਣੇ ਨੱਕ ਜਦ ਦਮ ਕੀਤਾ ਪਿਆ ਉਹਨੇ ਉਹ ਤੇ ਪਤੀ ਨੂੰ ਉਂਗਲਾਂ ਤੇ ਨਚਾਉਂਦੀ ਹੈ ਛੋਟੀ ਦਾ ਕੀ ਹਾਲ ਹੈ ਬਸ ਉਹ ਵੀ ਹੌਲੀ ਹੌਲੀ ਰੰਗ ਚੜ ਗਿਆ ਵੇਖ ਵੇਖ ਕੇ ਏਦਾਂ ਏਦਾਂ ਦੀ ਕਥਾ ਹੁਣ ਕਥਾ ਤੇ ਸਾਰਿਆਂ ਦੀ ਆਪੋ ਆਪਣੀ ਹੈ ਅੱਗੇ ਆਜੋ ਹੁਣ ਬੱਚੇ ਨੌਜਵਾਨ ਉਹਨਾਂ ਦੇ ਅੱਜ ਮੋਬਾਈਲ ਫੜੇ ਹੋਏ ਨੇ ਉਹਨਾਂ ਦੀ ਆਪਣੀ ਕਥਾ ਚੱਲ ਰਹੀ ਹੈ ਪਿਆਰਿਓ ਕਥਾ ਵੀ ਕਈ ਕਿਸਮ ਦੀ ਹੈ ਪ੍ਰਬੰਧਕਾਂ ਦੀ ਆਪਣੀ ਚੱਲ ਰਹੀ ਹੈ ਸੰਗਤ ਹੈ ਕੀ ਘਟ ਗਈ ਜਾਪਦਾ ਲੰਗਰ ਘਟ ਸੀ ਨਾ ਕਿ ਆਪਾਂ ਖੀਰ ਨਹੀਂ ਨਾ ਬਣਾਈ ਯਾਰ ਕਿ ਆਪਾਂ ਥੋੜੀ ਜੀ ਆ ਚੀਜ਼ ਬਣਾਈ ਕਿੱਥੇ ਕਥਾ ਆਪਣੀ ਆਪਣੀ ਹੈ ਜਦੋਂ ਕਥਾ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਹੋਏਗੀ ਅਸੀਂ ਕੁਝ ਸਿੱਖਣਾ ਵਾਂਗੇ ਗੁਰੂਦਵਾਰਿਆਂ ਅਸੀਂ ਕੁਝ ਸਮਝਣਾ ਵਾਂਗੇ ਗੁਰੂ ਪਾਤਸ਼ਾਹ ਜੀ ਕੀ ਕਹਿ ਰਹੇ ਨੇ ਸਾਨੂੰ ਇੱਥੇ ਜਿਹੜੀ ਗੱਲ ਭਗਤ ਕਬੀਰ ਜੀ ਨੇ ਕੀਤੀ ਸੀ ਨਾ ਪਰ ਤਨ ਪਰ ਤਨ ਪਰਤੀ ਨਿੰਦਾ ਪਰਪਵਾਦ ਨਾਲ ਛੁੱਟ ਹੈ ਆਵਾ ਗਉਣ ਹੋਤ ਹੈ ਫੋਨ ਫੋਨ ਇਹ પ્રસੰਗ ਨਾਲ ਟੁੱਟੇ ਜੇਕਰ ਕਥਾ ਹੋਤ ਹਰ ਸੰਤਨ ਜਿੱਥੇ ਕਥਾ ਰੱਬ ਦੀ ਗੁਰੂ ਦੀ ਹੁੰਦੀ ਏ ਇੱਕ ਨਿਮਖ ਨਾ ਕੀ ਨੋ ਮੈਂ ਫੇਰਾ ਕਿਉਂ ਕਿਉਂਕਿ ਲੰਪਟ ਚੋਰ ਦੂਤ ਮਤਵਾਰੇ ਤੈਨ ਸੰਗ ਸਦਾ ਬਸੇਰਾ ਬਾਬਾ ਬੋਲਤੇ ਤੇ ਕਹਾਂ ਗਏ ਦੇਹ ਕੇ ਸੰਗ ਰਹਤੇ ਸੁਰਤ ਮਾਹੇ ਜੋ ਅੰਦਰ ਤੇ ਕਰਤੇ ਕਥਾ ਵਾਰਤਾ ਕਹਤੇ ਅਖੀਰ ਤੇ ਕਹਤਾ ਕਹਿਤ ਕਬੀਰਾ ਜੋ ਹਰਤ ਆਵੈ ਜੀਵਤ ਬੰਧਨ ਤੋਰੇ ਜਿਉਂਦੇ ਜੀ ਜਿਹਨੇ ਬੰਧਨ ਤੋੜ ਲਿਆ ਜਿਹੜਾ ਮਨੁੱਖ ਇਹਨਾਂ ਬੰਧਨਾਂ ਤੋਂ ਮੁਕਤ ਹੋ ਗਿਆ ਉਨੇ ਆਪਣੀ ਜ਼ਿੰਦਗੀ ਸਵਾਰ ਲਈ ਉਹ ਹੀ ਵਿਅਕਤੀ ਸੱਚ ਦੇ ਮਾਰਗ ਤੇ ਤੁਰ ਸਕਦਾ ਹੈ ਆਓ ਸਾਥ ਸੰਗਤ ਇਸ ਸ਼ਬਦ ਦਾ ਸੰਬੰਧ ਫੇਰ ਸਮਝ ਲਿਓਣ ਦੁਬਾਰਾ ਜੇ ਕੋ ਤੁਹਾਡੇ ਲਾਗੇ ਗੱਲ ਕਰੇ ਜਾਂ ਕੋਈ ਸ਼ਬਦ ਪੜੇ ਉਹਨੂੰ ਪੁੱਛਿਆ ਜਰੂਰ ਕਰੋ ਭਾਈ ਪ੍ਰਾਣੀ ਦੇ ਚੜਾਈ ਕਰਨ ਵਾਲੇ ਸ਼ਬਦ ਦਾ ਸੰਬੰਧ ਨਹੀਂ ਇਥੇ ਜਿਉਂਦੇ ਜੀ ਬੰਦੇ ਨਾਲ ਸੰਬੰਧ ਹੈ ਹਰ ਇੱਕ ਜਿਉਂਦੇ ਬੰਦੇ ਨਾਲ ਇਥੇ ਕਹਿਤਾ ਸਪਸ਼ਟ ਉਹ ਨਗਰ ਨਗਰੇ ਕੋ ਬੂੰਦ ਨ ਬਰਖੇ ਨਾ ਤੋ ਕਹਾ ਜੋ ਸਮਾਨਾ ਪਾਰ ਬ੍ਰਹਮ ਪਰਮੇਸ਼ਰ ਮਾਦੋ ਪਰਮਹੰਸਲੇ ਸਿਧਾਨਾ ਸਭ ਤੋਂ ਉੱਚਾ ਆਕਾਸ਼ ਹੈ ਸਭ ਤੋਂ ਉੱਚਾ ਸਾਡਾ ਦਿਮਾਗ ਹੈ ਇਹਨੂੰ ਗਗਨ ਆਖਿਆ ਪਾਣੀ ਚ ਹੁਣ ਇੱਕ ਵੀ ਮਾੜਾ ਖਿਆਲ ਨਹੀਂ ਆ ਰਿਹਾ ਜਦੋਂ ਮਾੜਾ ਖਿਆਲ ਹੀ ਨਹੀਂ ਆ ਰਿਹਾ ਤੇ ਫਿਰ ਬੰਦਾ ਗਲਤ ਕੰਮ ਕਿਤਾ ਕਰੇਗਾ ਸਾਧ ਸਿੰਘ ਜੀ ਆਓ ਗੁਰੂ ਦੀ ਪਿਆਰੀ ਸਿੱਖਿਆ ਲੈ ਕੇ ਆਪਣੀ ਜ਼ਿੰਦਗੀ ਵਿੱਚ ਵਸਾਉਣ ਦਾ ਯਤਨ ਕਰੀਏ ਇਨ੍ਹਾਂ ਸ਼ਬਦਾਂ ਪ੍ਰਤੀ ਜਿਹੜੇ ਪਾਏ ਹੋਏ ਭਲੇਖੇ ਆਪ ਪੜੋ ਆਪ ਸਮਝੋ ਘਰਾਂ ਚ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਲਿਖੇ ਹੋਏ ਦਰਪਣ ਰੱਖੋ ਆਪ ਪੜੋ ਭਾਵੇਂ ਇੱਕ ਅੰਕ ਰੋਜ਼ ਇੱਕ ਸ਼ਬਦ ਹੀ ਰੋਜ਼ ਪੜੋ ਬੜੇ ਭਲੇਖੇ ਦੂਰ ਹੋਣਗੇ 480 ਨੰਬਰ ਅੰਕ ਤੇ ਸ਼ਬਦ ਆਸਾ ਰੱਖਦਾ ਸਾਰਿਆਂ ਦਾ ਧੰਨਵਾਦ ਜੀ ਅਦਮ ਸਤਕਾਰ ਨਾਲ ਫਤਿਬ ਲਾਓ ਬੜੇ ਪਿਆਰ ਨਾਲ ਆਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿ